ਮੈਨੂਬਲ ਤੌਰ ਤੇ ਤੁਹਾਡਾ ਪਰਿਵਾਰ ਤੁਹਾਨੂੰ ਲੱਗਿਆ ਵੀ ਟੁੱਟਿਆ ਹੋਵੇ ਚੜ੍ਹਦੀ ਕਲਾ ਦੇ ਵਿੱਚ ਆਲਵੇਜ਼ ਚੜ੍ਹਦੀ ਕਲਾ ਦੇ ਵਿੱਚ ਮੇਰਾ ਬੇਟਾ ਜਿਹਨੇ ਲਾਅ ਕੀਤਾ ਮੇਰੀ ਬੇਟੀ ਲਾਅ ਕਰ ਰਹੀ ਹੈ ਆਲਵੇਜ਼ ਉਹਨਾਂ ਨੇ ਇਸ ਕੇਸ ਦੇ ਵਿੱਚ ਵੀ ਪੂਰੀ ਤਨਦੇਹੀ ਦੇ ਨਾਲ ਹਰ ਚੀਜ਼ ਨੂੰ ਸਫਾ ਮਿਸਲ ਲਿਆਉਣ ਵਾਸਤੇ ਹਰ ਸੱਚਾਈ ਨੂੰ ਫਾਈਲ ਤੇ ਲਿਆਉਣ ਵਾਸਤੇ ਸਿਰ ਤੋੜ ਯਤਨ ਕੀਤੇ ਆ ਸਿਮਰਜੀਤ ਸਿੰਘ ਬੈਂਸ ਹੁਣ ਜ਼ਮਾਨਤ ਤੇ ਬਾਹਰ ਆ ਗਏ ਨੇ ਚਲੋ ਅੱਗੇ ਅਦਾਲਤੀ ਕਾਰਵਾਈ ਚੱਲਦੀ ਰਹਿਣੀ ਹੈ ਤਾਂ ਸਿਮਰਜੀਤ ਸਿੰਘ ਬੈਂਸ ਦੀ ਹੁਣ ਅੱਗੇ ਕੀ ਤਿਆਰੀ ਆ ਪਹਿਲਾ ਟਾਰਗੇਟ ਤਾਂ ਇਹ ਹੁੰਦਾ ਕਿ ਜ਼ਮਾਨਤ ਹੋਵੇ ਤੇ ਬਾਹਰ ਜਾਈਏ ਬਾਹਰ ਸਿਮਰਜੀਤ ਸਿੰਘ ਬੈਂਸ ਆ ਗਏ ਆ ਤਾਂ ਹੁਣ ਪਹਿਲਾ ਸ਼ੁਰੂਆਤ ਕਿੱਥੋਂ ਕਰਨ ਜਾ ਰਹੇ ਮੈਂ ਬਰਾੜ ਸਾਹਿਬ ਸਿਰਫ 7 ਮਹੀਨੇ ਕੱਟੇ ਆ ਉਹ ਸਿੰਘ ਜਿਹੜੇ ਜੇਲ੍ਹਾਂ ਦੇ ਵਿੱਚ ਬੰਦ ਆ ਜਿਨ੍ਹਾਂ ਨੇ ਅਦਾਲਤ ਵੱਲੋਂ ਦਿੱਤੀਆਂ ਸਜ਼ਾਵਾਂ ਪੂਰੀਆਂ ਕਰ ਲਈਆਂ 20-20 ਸਾਲ ਉੱਤੇ ਹੋ ਚੱਲੇ ਆ ਅੱਜ ਉਹਨਾਂ ਵਾਸਤੇ ਮੋਰਚਾ ਪੱਕਾ ਲੱਗਿਆ ਹੋਇਆ ਚੰਡੀਗੜ੍ਹ ਗੁਰੂ ਗ੍ਰੰਥ ਸਾਹਿਬ ਅਪਮਾਨ ਤੁਹਾਨੂੰ ਯਾਦ ਹੋਊਗਾ ਮੈਂ ਵੀ ਅੰਦਰ ਰਹਿ ਕੇ ਆਇਆ ਗੁਰੂ ਗ੍ਰੰਥ ਸਾਹਿਬ ਬਾਦਲਾਂ ਦੀ ਗਵਰਨਮੈਂਟ ਵੇਲੇ ਤਸ਼ੱਦਦ ਢਾਇਆ ਮੇਰੇ 'ਤੇ ਵੀ ਅਸੀਂ CM ਹਾਊਸ ਘੇਰਨ ਵਾਸਤੇ ਪਲੈਨ ਕੀਤਾ ਸੀਗਾ ਐਂਡ ਉੱਥੇ ਪੱਕਾ ਮੋਰਚਾ ਲੱਗਿਆ ਹੋਇਆ ਇਹ ਉਹੀ ਸਰਕਾਰ ਜਿਹੜੀ ਕਹਿੰਦੀ ਸੀ ਚੁਟਕੀ ਮਾਰਦੇ ਸੀ ਵੀ ਤੁਸੀਂ 15 ਦਿਨਾਂ ਦੇ ਵਿੱਚ ਦੇਖੋ ਦੋਸ਼ੀ ਫੜ ਕੇ ਅੰਦਰ ਅਸੀਂ ਕਿਵੇਂ ਦਿੰਦੇ ਹਾਂ 11 ਮਹੀਨੇ ਹੋ ਚੱਲੇ ਆ ਲਾਅ ਐਂਡ ਆਰਡਰ ਸਿੱਧੂ ਮੂਸੇ ਵਾਲਾ ਲਾਅ ਐਂਡ ਆਰਡਰ ਦੀ ਭੇਟ ਚੜ੍ਹ ਗਿਆ ਲਤੀਫਪੁਰ ਜਲੰਧਰ ਬੇਘਰ ਕਰ ਦਿੱਤੇ ਅੱਜ ਹੈਰਾਨਗੀ ਮੇਰੇ ਨਾਲ ਸਹਿਮਤ ਹੋਵੋਗੇ ਦੁੱਖ ਤੇ ਅਫਸੋਸ ਐਂਡ ਹੈਰਾਨਗੀ ਹੈ ਜਿਹੜੇ ਕਹਿੰਦੇ ਅਸੀਂ 0% ਟਾਲਰੈਂਸ ਔਨ ਕਰਪਸ਼ਨ ਅੱਜ ਤਹਿਸੀਲ ਮੈਂ ਉਦਾਹਰਨ ਦੇਣ ਲੱਗਿਆ ਸਾਰੇ ਦਫ਼ਤਰਾਂ ਦਾ ਇਹੀ ਹਾਲ ਆ ਤਹਿਸੀਲ ਦੇ ਵਿੱਚ ਜਿਹੜੀ ਰਜਿਸਟਰੀ ਤਹਿਸੀਲਦਾਰ ਕੋਈ 3500-4000 ਲੈਂਦਾ ਸੀ ਨਾ ਅੱਜ ਉਹ 40-50,000 ਰੁਪਇਆ ਰਿਸ਼ਵਤ ਚੱਲ ਰਹੀ ਆ ਉੱਥੇ ਕਿਸੇ ਤਹਿਸੀਲ 'ਚ ਚਲੇ ਜਾਓ ਪੰਜਾਬ ਦੇ 'ਚ ਹਾਹਾਕਾਰ ਕਿਸੇ ਸਰਕਾਰੀ ਦਫ਼ਤਰ 'ਚ ਚਲੇ ਜਾਓ ਹਾਹਾਕਾਰ ਸਰਕਾਰ ਦਾਵਾ ਕਰਦੀ ਹੈ ਕਿ ਅਸੀਂ ਲੱਗੇ ਹੋਏ ਹਾਂ ਆਪਾਂ ਉਸੇ ਇਸ਼ੂ 'ਤੇ ਆਈਏ ਤੁਸੀਂ ਆਪ ਅੰਦਰ ਦਾ ਤਜਰਬਾ ਦੇਖ ਆਏ ਹੋ ਕਿ ਜੇਲ੍ਹ 'ਚ ਰਹਿਣਾ ਕਿੰਨਾ ਔਖਾ 25-25-30 ਸਾਲ ਹੋ ਗਏ ਮੋਰਚਾ ਤੁਸੀਂ ਆਪ ਜ਼ਿਕਰ ਕੀਤਾ ਤਾਂ ਸਿਮਰਜੀਤ ਸਿੰਘ ਬੈਂਸ ਕੀ ਹੁਣ ਉਸ ਮੋਰਚੇ ਦੇ ਨਾਲ ਡਟਣ ਵਾਲੇ ਨੇ ਨਹੀਂ ਮੈਂ ਜ਼ਰੂਰ ਜਾਊਂਗਾ ਮੇਰੀਆਂ ਭਾਵਨਾਵਾਂ ਉਸ ਮੋਰਚੇ ਦੇ ਨਾਲ ਹੈ ਮੈਂ ਤਾਂ ਕਿਹਾ ਵੀ ਜਿਸ ਤਨ ਲੱਗ ਹੈ ਸੋਈ ਜਾਣੇ ਜੇਲ੍ਹ ਜਿਹੜਾ ਜਾਂਦਾ ਉਹਨੂੰ ਪਤਾ ਲੱਗਦਾ ਵੀ ਜੇਲ੍ਹ ਹੈ ਕੀ ਆ ਬਾਕੀਆਂ ਵਾਸਤੇ ਤਾਂ ਤਮਾਸ਼ਾ ਬਣ ਜਾਂਦਾ ਉਹ ਬੰਦੇ ਜਿਨ੍ਹਾਂ ਨੇ ਅਦਾਲਤੀ ਸਜ਼ਾਵਾਂ ਪੂਰੀਆਂ ਕਰਨ ਤੋਂ ਬਾਅਦ 20-20 ਸਾਲ ਲਾ ਤੇ 25-25 ਸਾਲ ਲਾ ਤੇ ਉਹਨਾਂ ਦਾ ਕੀ ਕਸੂਰ ਹੈਗਾ ਜ਼ਰੂਰ ਜਾਊਂਗਾ ਉੱਥੇ ਜੋ ਮੇਰੀ ਡਿਊਟੀ ਲਾਉਣਗੇ ਮੈਂ ਡਿਊਟੀ ਤਨਦੇਹੀ ਨਾਲ ਨਿਭਾਉਂਗਾ ਚੰਗੇ ਮਾੜੇ ਤਜਰਬੇ ਬੈਂਸ ਸਾਹਿਬ ਹਰ ਜਗ੍ਹਾ ਤੇ ਹਰ ਬੰਦੇ ਦੇ ਹੁੰਦੇ ਆ ਜੇਲ੍ਹ ਦੇ ਵਿੱਚੋਂ ਕਈ ਚੰਗੇ ਤਜਰਬੇ ਹੁੰਦੇ ਆ ਕਈ ਮਾੜੇ ਤਜਰਬੇ ਹੁੰਦੇ ਆ ਸਿਮਰਜੀਤ ਸਿੰਘ ਬੈਂਸ ਜੇਲ੍ਹ ਰਹਿ ਕੇ ਆਏ ਨੇ ਉੱਥੋਂ ਕਿਸ ਤਰ੍ਹਾਂ ਦਾ ਕੁਝ ਝਟਕਾ ਲੈ ਕੇ ਆਏ ਜਾਂ ਕੁਝ ਸਿੱਖ ਕੇ ਵੀ ਆਏ ਕਹਿੰਦੇ ਕਿ ਜੇਲ੍ਹ ਚੋਂ ਪਤਾ ਵੀ ਬੜਾ ਕੁਝ ਲੱਗਦਾ ਕੁਦਰਤ ਜ਼ਰੀਏ ਬਣਾ ਦਿੰਦੀ ਆ ਉੱਥੇ ਤਕਰੀਬਨ 6-625 ਮੇਰਾ ਖਿਆਲ ਅੱਜ ਸਾਰੇ ਉਦਾਸ ਸੀ ਵੀ ਯਾਰ ਬੈਂਸ ਚੱਲਿਆ ਬਾਹਰ ਵਾਲੇ ਸਮਰਥਕ ਖੁਸ਼ ਆ ਜੇ ਕਿਤੇ ਇੰਨੇ ਜਾਣੇ ਅਰਦਾਸ ਕਰ ਦਿੰਦੇ ਔਖਾ ਹੋ ਜਾਣਾ ਸੀ ਨਹੀਂ ਬਾਹਰ ਵਾਲੇ ਲੱਖਾਂ ਦੀ ਗਿਣਤੀ 'ਚ ਇਸ ਕਰਕੇ ਉਹਨਾਂ ਦੀ ਅਰਦਾਸ ਜਿਹੜੀ ਆ ਉਹ ਪ੍ਰਭੂ ਨੇ ਮੈਂ ਇਹ ਕਹੂੰਗਾ ਵੀ ਮੈਂ ਉੱਥੇ ਜ਼ਰੀਆ ਬਣ ਕੇ ਗਿਆ ਕਿਸੇ ਦੀ ਛੁੱਟੀ ਬੜੀ ਦੇਰ ਤੋਂ ਪੈਂਡਿੰਗ ਹੈ ਵਿਚਾਰਾ ਛੁੱਟੀ ਨਹੀਂ ਜਾ ਰਿਹਾ ਕਿਸੇ ਦੀ ਜ਼ਮਾਨਤ ਭਰਾਉਣ ਵਾਲੀ ਹੈ ਕਿਸੇ ਦਾ ਵਕੀਲ ਨਹੀਂ ਹੈਗਾ ਅੰਦਰ ਡਾਇਟ ਨਹੀਂ ਪ੍ਰੋਪਰ ਮਿਲਦੀ ਐਨ ਸੂਈ ਦੇ ਨੱਕੇ 'ਚੋਂ ਦੀ ਨੰਘਾ ਕੇ ਜੇਲ੍ਹ ਪ੍ਰਸ਼ਾਸਨ ਨੂੰ ਐਜ਼ ਪਰ ਜੇਲ੍ਹ ਮੈਨੂਅਲ ਦਿਓ ਇਹਨਾਂ ਨੂੰ ਕਿਉਂ ਨਹੀਂ ਸਮਾਨ ਪੂਰਾ ਦਿੰਦੇ ਜਿੱਦਾਂ ਮੈਂ ਦਫ਼ਤਰ ਆਪਣੇ ਬਹਿ ਕੇ ਸੰਗਤ ਦੀ ਸੇਵਾ ਕਰਦਾ ਸੀ ਬੈਂਸ ਬਾਹਰ ਆ ਕੇ ਗੱਲ ਇੱਥੇ ਨਿਬੜ ਜੂਗੀ ਕਿ ਬੈਂਸ ਹੁਣ ਇਹ ਜਿਹੜੀਆਂ ਚੀਜ਼ਾਂ ਤੁਸੀਂ ਕਹਿੰਦੇ ਹੋ ਕਿ ਮੈਂ ਦੇਖ ਕੇ ਆਇਆ ਉਹਨਾਂ ਤੇ ਕੰਮ ਅੱਗੇ ਹੋਊਗਾ ਮੈਂ ਡਾਇਰੀ ਲਿਖ ਕੇ ਲੈ ਕੇ ਆਇਆ ਮੈਂ ਡਾਇਰੀ ਲਿਖ ਕੇ ਲਿਆ ਮੈਂ ਇੱਕ ਆਰਟੀਕਲ ਲਿਖੂੰਗਾ ਐਂਡ ਬੈਂਸ ਦੀ ਜੇਲ੍ਹ ਡਾਇਰੀ ਹਾਂ ਜੇਲ੍ਹ ਡਾਇਰੀ ਮੈਂ ਉੱਥੇ ਆਰਟੀਕਲ ਲਿਖ ਕੇ ਲੀਡਿੰਗ ਨਿਊਜ਼ ਪੇਪਰਸ ਨੂੰ ਭੇਜੂੰਗਾ ਤੁਹਾਨੂੰ ਵੀ ਦਊਂਗਾ ਐਂਡ ਆਲਸੋ CM ਪੁੱਛੂੰਗਾ ਵੀ ਜੇ ਟਾਈਮ ਹੈਗਾ ਤਾਂ ਸਾਡਾ ਹੀ ਦੋਸਤ ਰਿਹਾ ਤੂੰ ਜੇ ਭਾਈ ਤੇਰੇ ਕੋਲ CM ਸਾਹਿਬ ਟਾਈਮ ਆ ਤਾਂ ਦੇ ਤੈਨੂੰ ਦੱਸ ਦਈਏ ਤੇਰੀ ਜੇਲ੍ਹਾਂ ਦਾ ਹਾਲ ਕੀ ਆ ਰੋਜ਼ ਮੋਬਾਈਲਾਂ ਦਾ ਰੌਲਾ ਪਾਉਂਦੇ ਲੈ ਪੱਕਾ ਹੱਲ ਕਰ ਦਿੰਦੇ ਆ ਨਸ਼ੇ ਦਾ ਰੌਲਾ ਪਾਉਂਦੇ ਲੈ ਪੱਕਾ ਹੱਲ ਕਰ ਦਿੰਦੇ ਆ ਕਰਨ ਵਾਲੇ ਤਾਂ ਬਣੋ ਨਾ ਤੁਸੀਂ ਮੁੱਖ ਮੰਤਰੀ ਤੋਂ ਸਮਾਂ ਮੰਗੋਗੇ ਮੰਗੂੰਗਾ ਮੈਂ ਕਹੂੰਗਾ ਵੀ ਤੈਨੂੰ ਜੇਲ੍ਹਾਂ ਤੂੰ ਆਪਣੇ ਕੋਲ ਰੱਖ ਲਈਆਂ CM ਸਾਹਿਬ ਤੈਨੂੰ ਉਹਦਾ ਤਜਰਬਾ ਦੱਸਦੇ ਆ ਵੀ ਇਹ ਹੱਲ ਹੋਣੇ ਕਿਵੇਂ ਆ ਤਾਂ ਸਿਮਰਜੀਤ ਸਿੰਘ ਬੈਂਸ 7 ਮਹੀਨੇ ਜੇਲ੍ਹ ਦੇ ਵਿੱਚ ਲਾ ਕੇ ਤਜਰਬਾ ਲੈ ਕੇ ਆਏ ਨੇ ਕਈ ਚੀਜ਼ਾਂ ਕੌੜੇ ਔਰ ਮਿੱਠੇ ਦੋਨੇ ਤਰ੍ਹਾਂ ਤਜਰਬੇ ਕਹਿੰਦੇ ਨੇ ਕਿਉਂਕਿ ਲੋਕਾਂ ਦੇ ਨਾਲ ਵੀ ਕਹਿੰਦੇ ਜੁੜ ਕੇ ਆਇਆ ਪਰ ਦਾਅਵਾ ਕਰਦੇ ਨੇ ਕਿ ਮੈਂ ਬੇਕਸੂਰ ਸੀ ਔਰ ਇਸ ਕਰਕੇ ਮੈਂ ਜ਼ਮਾਨਤ 'ਤੇ ਬਾਹਰ ਆਇਆ ਪਰ ਨਾਲ ਦਾਅਵਾ ਕਿ ਪਰਿਵਾਰ ਨੇ ਡਟ ਕੇ ਸਾਥ ਦਿੱਤਾ ਔਰ ਇਹਨਾਂ ਹਾਲਾਤਾਂ ਦੇ ਵਿੱਚ ਜੋ ਕੋਈ ਸਫ਼ਰ ਕੀਤਾ ਕਹਿੰਦੇ ਨੇ ਕਿ ਸ਼ਾਇਦ ਕਦੇ ਨਹੀਂ ਸੋਚਿਆ ਹੋਵੇਗਾ ਕੈਮਰਾਮੈਨ ਸਨਮਪ੍ਰੀਤ ਦੇ ਨਾਲ ਨਪਿੰਦਰ ਸਿੰਘ ਬਰਾੜ ਨਿਊਜ਼ 18 ਲੁਧਿਆਣਾ
जिला शराब फैक्ट्री बाहर धरना रहेगा जारी। सांझी मोर्चे के आगू बोले सरकार ने मनिया सारिया मंगा, नोटिफिकेशन जारी करने फैक्ट्री की एनओसी रद्द करके पत्र जारी करने की मांग। प्रदर्शनकारियों से दर्ज मामले रद्द किए जाने की भी रखी मांग, सीएम भगवंत मान फैक्ट्री बंद करने का कर चुके ने ऐलान। कौमी इंसाफ मोर्चे के धरने का 36वां दिन, आज फिर सीएम की रिहायश वल वधेगा जत्था, नवे रूप तो जाने की तैयारी। बैवर कला मोर्चे ने बठिंडा अमृतसर हाईवे की खोली एक साइड, मंत्री कुलदीप धालीवाल ने मोर्चे च पहुंच के मनाई धरनाकारी, हाईवे खोलन सीएम ने संगत का किया धन्यवाद। आज सिंगापुर तो वापस परतन गए पंजाब के प्रिंसीपल, दिल्ली च ही मुख्यमंत्री भगवंत मान ते केजरीवाल नाल होवेगी मुलाकात। सिंगापुर च सिक्ख्या के आधुनिक तरीकों की लेके आए ने ट्रेनिंग। हरियाणा के मुख्यमंत्री मनोहर लाल खट्टर ने जाली डेथ सर्टिफिकेट नाल मची खलबली, शरारती तत्ता ने चोन कमिशन की वैबसाइट से किया अपलोड, मामला दर्ज कर शुरू की गई जांच। रमनीत बिट्टू ने लोकसभा चुकया राम रहीम का मुद्दा, कहा राम रहीम के बाहर रहने नाल पंजाब का माहौल होगा खराब, राम रहीम नू वार वार पैरोल देने की थान जेल रखा जा। आज अकाली दल ते एसजीपीसी दे मेंबर दी होवेगी अहम बैठक लुधियाना च, दोपहरे 12 बजे रखी मीटिंग, बंदी सिंह की रिहाई ते घट गिनतियां ते मामले ते होवेगी चर्चा। मोगा च मशहूर गायक अमृत मान दे शो च होया हंगामा, व्यास समागम च परफॉर्म करन पहुंचे से अमृत मान, सेल्फी नूं लैके कुछ नौजवानों नाल हुई टकरार। विवाद वधन ते शो विचाले ही छड के चले गए अमृत मान, अमृत मान ते पेमेंट वापस ना करन दे लगाए इल्जाम, पुलिस ने स्टेज ते चढ़न वाले तीन नौजवानों ते कीता पर्चा। दमदमी टकसाल के आगू बजिंदर सिंह परवाना के घर नज़रबंद दोस्त के मोबाइल से वीडियो बना के लाया इल्जाम, कहा पुलिस ने पूरे परिवार ने फोन किए जब्त, बंदी सिंह की रिहाई लई कढ़ना चाहते से पैदल मार्च। संगरू के छांजली पिंड च बकरी पिछे हुए कतल मामले च पुलिस का वड्डा एक्शन, 24 घंटे अंदर चार मुलजमान को किया काबू, कुट कुट के एक शख्स को उतारिया सी मौत के घाट। संगरू च वन ठेके चो भी विकदी रही शराब, एक्साइज विभाग ने तीन दिन लई सील किया है ठेका, करिंदे ते स्कूली बच्चों नू शराब वेचण दा इल्जाम। नंगल दी पाखड़ा नहर च डुबी कार, पानी च डुबे तीन व्यक्तियों दीआं कढ़ियां लाशां, एक शख्स तैर के आया बाहर, घर के नेड़े ही मंदिर जा रहा सीगा एक परिवार। नवांशहर च पति ने किया पत्नी का कतल, पत्नी का कतल कर लाश जंगल सुट्टी, पुलिस ने 24 घंटे के अंदर मुलजम पति नू किया काबू। जलंधर प्रवासी मजदूर का चाकू मार के किया कतल, यूपी का रहने वाला सिगा मृतक प्रवीण, दो लुटेरिया ने वारदात को दिता अंजाम। कादियां के कृष्ण नगर च बने खंडर मकान चो मिलिया मनुखी कंकाल, महेंद्र सिंह वजो हुई मृतक की पछाण, दिमागी तौर पर दसिया जा रहा परेशान। जलालाबाद पुलिस ने दो शूटरों को किया काबू, शहीद उधम सिंह पाक में लड़ाई झगड़े दौरान चली गोली के मामले सन लुड़िंदे। जलालाबाद के पिंड ताब खुशहाल जोहिया च जंगलात विभाग की टीम ने हमला, नाजायज तौर पर दरख्तों की कटाई च मिली सी शिकायत, रेड करन पहुंची सी टीम। पटियाला स्कॉर्पियो की चपेट च आया साइकिल सवार, धड़ तो सिर होया वक्त पीड़ित परिवार, मुताबिक दो गड्डियां च रेस लगा रहे से नौजवान। समाणा च कार ते ट्राली विचाले हुई टक्कर, एक नौजवान की गई जान, दो की हालत गंभीर, व्यास समागम तो वापस आ रही थी कार सवार। फिलौर नेड़े सिक्स लेन ते वापरिया हादसा, दो ट्रकां विचकार लंघन लगी कार का फटिया टायर, कार चालक जख्मी, हाईवे ते लग्या लंबा जाम। लुधियाने डेढ़ साल की बच्ची नाल गुआंढी ने किया जबर जनाह, खिडौन बहाने बच्ची नू नाल लेके गया मुलजम, पुलिस ने किया गिरफ्तार। जलंधर के करतारपुर पुलिस ने चार मुलजमान को किया काबू, फिरौती मंगन ते लुट्टा करन दा इल्जाम, विदेश बैठे लखवी लंडा गैंग नाल जुड़े दसे जा रहे मुलजम। टांडा 24 दिनों तो लापता व्यक्ति की लाश मिलने तो बाद परिवार वालों हंगामा, सड़क से लाश रख के कई घंटे की नारेबाजी, पुलिस वालों कार्रवाई न करने के इल्जाम, डीएसपी ने भरोसा देकर खुलवाया जाम। बठिंडा च कबाड़ी की दुकान से चोरी करता चोर काबू, मौके पर ही दुकानदार ने चोर की की कुटमार, बाद किया पुलिस के हवाले। गिद्दरबाहा चोरों ने गुरुद्वारे चो गोलक की चोरी, दो व्यक्ति स्कूटी ते गोलक लेके हुए फरार, चोरी की वारदात सीसीटीवी कैद।
बटाला के बाजार जो लुटेरिया ने दुकानदार तो खोया बुलेट मोटरसाइकिल रिवॉल्वर दिखा के लुट दिता अंजाम लोगों ने लुटेरिया काबू कर पुलिस के किया हवाले। अमृतसर अदालत ने 17 साल के नाबालिग नशा तस्कर भेजा बाल सुधार कर मुलजम तो बरामद हुई सी 15 किलो हैरोइन 8 लाख तो वध नकदी भी मिली। गुरदासपुर हैरोइन समेत 3 लोग काबू गिरफ्तार मुलजमां च महिला भी शामिल मुलजमां खिलाफ नशा वेचन दिया मिल रही सी शिकायतां। दसूहा पुलिस ने छांगला ते जलोटा पिंच नशे के खिलाफ चलाई मुहिम अद्धा किलो तो वध नशे नाल दो व्यक्तियों किया काबू 2,70,000 रुपए की ड्रग मनी भी मिली। जगराओं के शमशान घाट में चोरों ने बनाया निशाना दूजी बार चोरी किया मुख गेट लोगों ने पुलिस तो चोरों काबू करने की मांग। गुरदासपुर पुलिस ने पानी दियां मोटरां चोरी करने वाले गिरोह का किया पर्दाफाश गिरोह के 3 मैंबरों को किया गिरफ्तार कई दिनों तो किसानों दियां चोरी हो रही सी मोटरां। होशियारपुर के रामपुर जंजोलवाल च मोटरसाइकिल सवार ने ऑटो चक्की ते की चोरी मक्की के दाणे का बोरा लैके चोर हुए फरार चोरी की घटना सीसीटीवी च हुई कैद। आनंदपुर साहिब डीजल नाल भरिया टैंकर पलटिया टैंकर चालक नूं बचाउण दी थां डीजल लुटण लई मची होड़ बाल्टियां ते पीपे भर के लै गए लोग। फाजिलका दे लापका च एफसीआई गोदाम च हंगामा सरकारी कणक खरीद वापरिया ने एफसीआई अधिकारियों ते भ्रष्टाचार दे लगाए इल्जाम। जलालाबाद एक शख्स ने प्रशासन तो लगाई गुहार पत्नी नूं घर वापस लियाउण लई कीती जावे मदद महिला ने पुलिस नूं कहा वापस नहीं जाना चाहती घर महिला ते एक शख्स नाल नाजायज संबंधां दा इल्जाम। जलंधर च नगर निगम ने अजायज कब्जे के खिलाफ की कार्रवाई मंडी रोड से 5 नाजायज दुकानों नूं कीता टैटेरी पुरानी बिल्डिंग की आड़ च बन रही सी दुकानां। खन्ना च लगे विधायक तरुणप्रीत सौन की गुमशुदगी के पोस्टर महिला कौंसलर के पति से भी लगाए लापता के पोस्टर लोगों के गली का निर्माण न करने से जताया रोस। कपूरथला की केंद्र जेल तो तलाशी दौरान मिले मोबाइल सिम से फोनों दी बैटरियों में बरामद पुलिस ने 3 कैदियों के खिलाफ किया मामला दर्ज। लुधियाना के इकबालगंज इलाके च बिजली दी तारां नूं लगी अग मुशक्कत नाल फायर ब्रिगेड ने आग ते पाया काबू हादसे पिछे बिजली विभाग की दसी जा रही लापरवाही। होशियारपुर किसानों ने गन्ने की बकाया राशि न मिलने से डीसी दफ्तर अगे लगाया धरना शुगर मिल से जीएम से मामला दर्ज करने की मांग एसडीएम और डीएसपी ने भरोसा मिलने तो बाद ही किसानों ने धरना किया खत्म। पठानकोट किसान जथेबंदियों ने थाने अगे दिता धरना झगड़े के मामले पुलिस से निरपक्ष कार्रवाई न करने के लगाए इल्जाम किसान बोले पुलिस ने दूजी धिर से मुलजम नूं कीता नहीं गिरफ्तार। मोगा की मंडी च खेत मजदूर यूनियन ने किया प्रदर्शन पैदल मार्च करके पहुंचे डीसी कॉम्पलैक्स 700 रुपए दिहाड़ी की की मांग। दोहराज लोगों ने जाम की सड़क श्रोमणी कमेटी के खिलाफ किया प्रदर्शन पंचायत नाल रल के जमीन से कब्जा करने का लगाया इल्जाम। संगरू चावारा पशुओं तो परेशान किसानों ने भरिया पशुओं दी ट्रालियां डीसी दफ्तर बाहर लगाया धरना पशुओं नूं छेती काबू करने की की मांग। सुल्तानपुर लोधी पंजाब सरकार ने जन सुविधा कैंप किया शुरू राज्यसभा मैंबर संसीचेवाल ने कैंप का किया उद्घाटन जन सुविधा कैंप नाल लोगों नूं सरकार दीआं विभिन्न योजनावां दा मिलेगा लाभ। बठिंडा च पंजाब सरकार ने FSSAI ने चलाई फूड सेफ्टी वैन मिलावटी चीज़ां दी कीती जावेगी परख लोग 50 रुपए नाल किसी भी खाण वाली वस्तु नूं करवा सकदे ने टेस्ट। खन्नाच पिंड लिबड़ा के लोग परेशान गलियां के बाहर खड़ा सीवरेज का गंदा पानी लोगों ने अधिकारियों से सुनवाई न करने लगाया इल्जाम। गुरदासपुर डीसी के मकौड़ा पत्तन रावी दरिया तो पार पिंड का किया दौरा लोगों आ रही मुश्किलों बारे की चर्चा सरकार को वेरवा भेजने का दिता भरोसा। पर अखीर समय ते शादी दी लोकेशन बदल दिती गई। असीं इहनूं निजी ही समागम रखना चाहुंदे सी ते सादगी दा समागम निजी समागम तां ही रख्या जा सकदा जे आपां लिमिटेड संगत दे विच कम करिए परिवारक मैंबरां च। सो असीं जिथे कीता सी उह जदों खबर लीक आउट हुंदी है इत्थों डिस्कलोज हुंदी है फिर सानूं लोकेशन चेंज करनी पई क्योंकि उत्थे फिर मीडिया जां संगत ज़्यादा हो सकदी सी। अमृतपाल सिंह ने इंग्लैंड की जिस किरणदीप कौर नूं अपना जीवन साथी बनाया उसके परिवार नाल उन्हां दी पुरानी पछाण है। नहीं देखो मैं पहला तो उन्होंने जानदा सो जिहड़ा वा सतगुरु ने जदों संजोग बनाउणे उदों बनाउणे ने जिहड़ा वा वो यूके तो रहण वाले ने हुण इत्थे रहणगे मरदे ने।
ਦੋਨਾਂ ਦਾ ਆਨੰਦ ਕਾਰਜ ਬਾਬਾ ਬਕਾਲਾ ਦੇ ਨੇੜੇ ਪੈਂਦੇ ਜੱਲੂਪੁਰ ਖੇੜਾ ਪਿੰਡ ਦੇ ਗੁਰੂ ਘਰ 'ਚ ਸੰਪੂਰਨ ਹੋਇਆ। ਨੰਗਲ 'ਚ ਇੱਕ ਆਲਟੋ ਕਾਰ ਪਾਖੜਾ ਨਹਿਰ 'ਚ ਡਿੱਗ ਗਈ, ਇੱਕੋ ਪਰਿਵਾਰ ਦੇ 3 ਜੀ ਪਾਣੀ 'ਚ ਰੁੜ ਗਏ। ਨੰਗਲ ਦੇ ਹੀ ਇੱਕ ਪਰਿਵਾਰ ਦੇ 4 ਮੈਂਬਰ ਘਰ ਕੋਲੇ ਬਣੇ ਮੰਦਰ 'ਚ ਮੱਥਾ ਟੇਕਣ ਜਾ ਰਹੇ ਸੀ ਤਾਂ ਸੰਤੁਲਨ ਵਿਗੜਨ ਕਾਰਨ ਕਾਰ ਨਹਿਰ 'ਚ ਜਾ ਡਿੱਗੀ, ਜਿਸ 'ਚ ਕੁੱਲ 4 ਵਿਅਕਤੀ ਸਵਾਰ ਸੀ, ਜਿਨ੍ਹਾਂ 'ਚੋਂ ਇੱਕ ਕਾਰ 'ਚੋਂ ਨਿਕਲਣ 'ਚ ਸਫਲ ਰਿਹਾ। ਰਸਤਾ ਬੰਨ ਲਵਾ ਗੱਡੀ ਵਿੱਚ, ਉਹ ਰਸਤਾ ਬੰਨ ਲਾ ਗੱਡੀ ਨਾ। ਜਿੱਥੇ ਜਿੱਥੇ ਪਹੁੰਚੇ ਨਾ ਸੀ ਤਾਂ ਵਿੱਚੋਂ ਮੋਹਨ ਲਾਲ ਜੀ ਨਿਕਲੇ, ਮੋਹਨ ਲਾਲ ਜੀ ਨਿਕਲੇ। ਗੌਰਵ ਤਲਵਾਰ ਪੇ ਆਲ ਫੀ ਆਫਟਰ ਵੀਜ਼ਾ। ਪੈਰੋਲ ਤੇ ਬਾਹਰ ਆਇਆ ਇੱਕ ਬੰਦੀ ਸਿੰਘ, ਅੰਮ੍ਰਿਤਸਰ ਜੇਲ੍ਹ 'ਚ ਬੰਦ ਗੁਰਦੀਪ ਸਿੰਘ ਖੇੜਾ ਨੂੰ ਮਿਲੀ 2 ਮਹੀਨਿਆਂ ਦੀ ਪੈਰੋਲ। ਬੰਬ ਧਮਾਕੇ ਦੇ ਦੋਸ਼ੀ ਨੂੰ ਰਿਹਾਅ ਕਰਨ ਤੋਂ ਕਰਨਾਟਕ ਸਰਕਾਰ ਕਰ ਚੁੱਕੀ ਹੈ ਇਨਕਾਰ। ਹਿੰਸਕ ਪ੍ਰਦਰਸ਼ਨ ਮਾਮਲੇ 'ਚ ਚੰਡੀਗੜ੍ਹ ਪੁਲਿਸ ਨੇ ਕੀਤੀ ਮੁਲਜ਼ਮਾਂ ਦੀ ਪਛਾਣ, ਇਸ਼ਤਿਹਾਰ ਦੇ ਕੇ ਜਾਰੀ ਕੀਤੀਆਂ ਤਸਵੀਰਾਂ, ਲੋਕਾਂ ਤੋਂ ਮੁਲਜ਼ਮਾਂ ਬਾਰੇ ਮੰਗੀ ਮਦਦ। ਕੌਮੀ ਇਨਸਾਫ ਮੋਰਚੇ ਦੇ ਧਰਨੇ ਦਾ ਅੱਜ 36ਵਾਂ ਦਿਨ, ਅੱਜ ਫਿਰ ਸੀਐਮ ਦੀ ਰਿਹਾਇਸ਼ ਵੱਲ ਵਧੇਗਾ ਜਥਾ, ਨਵੇਂ ਰੂਟ ਤੋਂ ਜਾਣ ਦੀ ਤਿਆਰੀ। ਦਮਦਮੀ ਟਕਸਾਲ ਦੇ ਆਗੂ ਬਰਜਿੰਦਰ ਪਰਵਾਨਾ ਘਰ 'ਚ ਨਜ਼ਰਬੰਦ, ਦੋਸਤ ਦੇ ਮੋਬਾਈਲ ਤੋਂ ਵੀਡੀਓ ਬਣਾ ਕੇ ਲਾਇਆ ਇਲਜ਼ਾਮ, ਕਿਹਾ ਪੁਲਿਸ ਨੇ ਪੂਰੇ ਪਰਿਵਾਰ ਦੇ ਫੋਨ ਕੀਤੇ ਜ਼ਬਤ। ਬੰਦੀ ਸਿੰਘਾਂ ਦੀ ਰਿਹਾਈ ਲਈ ਕੱਢਣਾ ਚਾਹੁੰਦੇ ਸੀ ਪੈਦਲ ਮਾਰਚ। ਮੋਗਾ 'ਚ ਵਿਆਹ ਸਮਾਗਮ 'ਚ ਗਾਇਕ ਅੰਮ੍ਰਿਤ ਮਾਨ ਦੇ ਅਖਾੜੇ ਦੌਰਾਨ ਜ਼ਬਰਦਸਤ ਹੰਗਾਮਾ, ਸੈਲਫੀ ਨੂੰ ਲੈ ਕੇ ਕੁਝ ਲੋਕਾਂ ਨਾਲ ਹੋਈ ਤਕਰਾਰ, ਸ਼ੋਅ ਵਿਚਾਲੇ ਹੀ ਛੱਡ ਕੇ ਚਲੇ ਗਏ ਅੰਮ੍ਰਿਤ ਮਾਨ। ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਦੇ ਜਾਲੀ ਡੈਥ ਸਰਟੀਫਿਕੇਟ ਨਾਲ ਮਚੀ ਖਲਬਲੀ, ਸ਼ਰਾਰਤੀ ਤੱਤਾਂ ਨੇ ਚੋਣ ਕਮਿਸ਼ਨ ਦੀ ਵੈਬਸਾਈਟ ਤੇ ਕੀਤਾ ਅਪਲੋਡ, ਮਾਮਲਾ ਦਰਜ ਕਰਕੇ ਸ਼ੁਰੂ ਕੀਤੀ ਗਈ ਜਾਂਚ। ਸਮਰਾਲਾ ਪੁਲਿਸ ਨੇ 2 ਸ਼ੂਟਰਾਂ ਨੂੰ ਹਥਿਆਰਾਂ ਸਣੇ ਕੀਤਾ ਗ੍ਰਿਫਤਾਰ, ਕਤਲ ਨੂੰ ਅੰਜਾਮ ਦੇਣ ਦੀ ਫਿਰਾਕ 'ਚ ਸੀ ਦੋਵੇਂ ਸ਼ੂਟਰ, ਵਿਦੇਸ਼ਾਂ ਤੱਕ ਜੁੜੇ ਤਾਰ। ਸੰਗਰੂਰ ਦੇ ਛਾਜਲੀ ਪਿੰਡ 'ਚ ਬੱਕਰੀ ਪਿੱਛੇ ਹੋਏ ਕਤਲ ਦੇ ਮਾਮਲੇ 'ਚ ਪੁਲਿਸ ਦਾ ਵੱਡਾ ਐਕਸ਼ਨ, 24 ਘੰਟਿਆਂ ਅੰਦਰ 4 ਮੁਲਜ਼ਮਾਂ ਨੂੰ ਕੀਤਾ ਕਾਬੂ, ਕੁੱਟ ਕੁੱਟ ਕੇ ਇੱਕ ਸ਼ਖਸ ਨੂੰ ਉਤਾਰਿਆ ਸੀ ਮੌਤ ਦੇ ਘਾਟ। ਪਟਿਆਲਾ 'ਚ ਦਰਦਨਾਕ ਸੜਕ ਹਾਦਸਾ, ਤੇਜ਼ ਰਫ਼ਤਾਰ ਸਕਾਰਪੀਓ ਨੇ ਸਾਈਕਲ ਸਵਾਰ ਨੂੰ ਕੁਚਲਿਆ, ਹਾਦਸੇ 'ਚ ਨੌਜਵਾਨ ਦਾ ਸਿਰ ਧੜ ਤੋਂ ਹੋਇਆ ਵੱਖ, ਸੀਸੀਟੀਵੀ 'ਚ ਕੈਦ ਹੋਏ ਮੁਲਜ਼ਮ। ਸਤਿ ਸ਼੍ਰੀ ਅਕਾਲ ਯੂਨੀਵਰਸਿਟੀ ਸੰਧੂ ਨਿਊਜ਼ 18 ਪੰਜਾਬ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ। ਜਲੰਧਰ ਤੋਂ ਵੱਡੀ ਖਬਰ ਹੈ, ਜਲੰਧਰ 'ਚ ਵੱਡੀ ਗੈਂਗਵਾਰ ਹੋਈ ਹੈ, ਬਲਟਨ ਪਾਰਕ ਦੇ ਨੇੜੇ ਗੈਂਗਵਾਰ ਹੋਈ ਹੈ, ਬਦਮਾਸ਼ ਸੱਤਾ ਘੁੰਮਣ ਨਾਂ ਦੇ ਸ਼ਖਸ
ਦਾ ਕਤਲ ਕਰ ਦਿੱਤਾ ਗਿਆ ਹੈ। ਸੱਤਾ ਘੁੰਮਣ ਦਾ ਕਤਲ ਕੀਤਾ ਗਿਆ। ਦੋ ਦਿਨ ਪਹਿਲਾਂ ਕਿਸੇ ਦੇ ਨਾਲ ਵਿਵਾਦ ਹੋਇਆ ਸੀ। ਜਲੰਧਰ ਦੇ ਬਲਟਨ ਪਾਰਕ ਦਾ ਇਹ ਪੂਰਾ ਮਾਮਲਾ ਹੈ। ਮਕਸੂਦਾ ਸਬਜ਼ੀ ਮੰਡੀ 'ਚ ਸਾਈਕਲ ਸਟੈਂਡ ਦੇ ਕਰਿੰਦੇ ਦੇ ਵਜੋਂ ਸੱਤਾ ਕੰਮ ਕਰਦਾ ਸੀ, ਜਿਸ ਦਾ ਕਤਲ ਕੀਤਾ ਗਿਆ ਹੈ। ਜਲੰਧਰ 'ਚ ਗੈਂਗਵਾਰ ਦਾ ਮਾਮਲਾ ਸਾਹਮਣੇ ਆਇਆ ਹੈ। ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਤੇਜ਼ ਧਾਰ ਹਥਿਆਰਾਂ ਦੇ ਨਾਲ ਹਮਲਾ ਕੀਤਾ ਗਿਆ ਤੇ ਸੱਤਾ ਘੁੰਮਣ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ, ਜਿਸਦਾ ਦੋ ਦਿਨ ਪਹਿਲਾਂ ਕੁਝ ਲੋਕਾਂ ਨਾਲ ਵਿਵਾਦ ਹੋਇਆ ਸੀ। ਇਹ ਸੱਤਾ ਘੁੰਮਣ ਦੀਆਂ ਤਸਵੀਰਾਂ ਨੇ। ਜਲੰਧਰ 'ਚ ਗੈਂਗਵਾਰ ਦਾ ਮਾਮਲਾ ਸਾਹਮਣੇ ਆਇਆ ਹੈ। ਜਲੰਧਰ 'ਚ ਗੈਂਗਵਾਰ ਹੋਈ ਹੈ। ਬਲਟਨ ਪਾਰਕ ਦੇ ਨੇੜੇ ਗੈਂਗਵਾਰ ਹੋਈ ਹੈ। ਤੇਜ਼ ਧਾਰ ਹਥਿਆਰਾਂ ਨਾਲ ਸੱਤਾ ਘੁੰਮਣ ਦਾ ਕਤਲ ਕਰ ਦਿੱਤਾ ਗਿਆ ਹੈ। ਜਲੰਧਰ ਦੇ ਵਿੱਚੋਂ ਇਹ ਵੱਡੀ ਖਬਰ ਹੈ। ਜਲੰਧਰ ਦੇ ਬਲਟਨ ਪਾਰਕ ਨੇੜੇ ਗੈਂਗਵਾਰ ਹੋਈ ਹੈ ਤੇ ਸੱਤਾ ਘੁੰਮਣ ਨਾਂ ਦੇ ਬਦਮਾਸ਼ ਦਾ ਕਤਲ ਕਰ ਦਿੱਤਾ ਗਿਆ ਹੈ। ਮਕਸੂਦਾ ਸਬਜ਼ੀ ਮੰਡੀ 'ਚ ਸਾਈਕਲ ਸਟੈਂਡ ਦੇ ਕਰਿੰਦੇ ਵਜੋਂ ਕੰਮ ਕਰਦਾ ਸੀ। ਤੇਜ਼ ਧਾਰ ਹਥਿਆਰਾਂ ਦੇ ਨਾਲ ਇਸ ਤੇ ਹਮਲਾ ਕੀਤਾ ਗਿਆ। ਤੇਜ਼ ਧਾਰ ਹਥਿਆਰਾਂ ਨਾਲ ਵਾਰ ਕਰਕੇ ਇਸਦਾ ਕਤਲ ਕਰ ਦਿੱਤਾ ਗਿਆ ਹੈ। ਦੋ ਦਿਨ ਪਹਿਲਾਂ ਹੀ ਇਹ ਜਾਣਕਾਰੀ ਮਿਲ ਰਹੀ ਹੈ ਕਿ ਦੋ ਦਿਨ ਪਹਿਲਾਂ ਹੀ ਇਸਦਾ ਕੁਝ ਲੋਕਾਂ ਦੇ ਨਾਲ ਵਿਵਾਦ ਹੋਇਆ ਸੀ ਤੇ ਅੱਜ ਤੇਜ਼ ਧਾਰ ਹਥਿਆਰਾਂ ਨਾਲ ਵਾਰ ਕਰਕੇ ਇਸਦਾ ਕਤਲ ਕਰ ਦਿੱਤਾ ਗਿਆ। ਸੱਤਾ ਘੁੰਮਣ ਨਾਂ ਦੇ ਸ਼ਖਸ ਦਾ ਕਤਲ ਕੀਤਾ ਗਿਆ। ਜਲੰਧਰ ਦਾ ਇਹ ਪੂਰਾ ਮਾਮਲਾ ਹੈ। ਜਲੰਧਰ ਦੇ ਬਲਟਨ ਪਾਰਕ ਨੇੜੇ ਗੈਂਗਵਾਰ ਹੋਈ ਹੈ।
सत्ता घूमण ना दा शख्स है जिसका कतल किया गया, जिस दी तस्वीरां भी असीं दिखा रहे हैं। तेज धार हथियारां नाल मौत दे घाट उतारिया गया है बदमाश सत्ता घूमण दा कतल किया गया। सुरेंद्र कंबोज मेरे सहयोगी जलंधर तो फोन लाइन ते जुड़ चुके ने। सुरेंद्र, की कुछ पूरा मामला है, पूरी जानकारी इस मामले ते? बिल्कुल अर्श, जिदा की सवेर तड़के 3 बजे की घटना हैगी है, जिहड़ा कि बर्टन पार्क इलाका हैगा। हालांकि इहदे विच क्रिकेट स्टेडियम भी हैगा और हॉकी स्टेडियम भी हैगा। इहदे एंट्री पॉइंट जिहड़ा कि गुलाब देवी रोड तो जिहड़ा एंट्री पॉइंट हैगा हॉकी स्टेडियम का, उत्थे अंदर बिल्कुल अंदर 50 मीटर के अंदर आउंदे ही एक शख्स का हथियार नाल कतल कर दिता जांदा। इह भी दस्सिया जांदा सतनाम सिंह सत्ता इहदा नाम हैगा और सब्जी मंडी दे विच साइकिल स्टैंड ते इह काम करदा हैगा। और पिछले दिन भी इहदी जिहड़ी है इहनां लोकां दे नाल लड़ाई वगैरह होई सीगी, इस नूं लै के अज इहदा तड़क सार सवेरे 3 बजे के करीब कतल कर दिता जांदा। और कल जिहड़े लोग इत्थे बटन पार्क दे विच शामी घूमदे सीगे उहनां वल्लों भी इह दस्सिया जा रिहा हैगा कि टाइम चक्कण दी कोई गल कर रहे सीगे लोग, पर हालांकि उहनां दी पछाण कोई नहीं हो सकी हैगी अजे कि कौन हैगे ने उह लोग जिन्हां ने कतल कीता हैगा। फिलहाल मंदभागी जिहड़ी खबर इही है कि बटन पार्क दे अंदर हॉकी स्टेडियम ਦੇ ਬਿਲਕੁਲ ਪਿਛਲੇ ਪਾਸੇ ਇੱਕ ਸ਼ਖਸ ਸਤਨਾਮ ਸਿੰਘ ਸੱਤਾ ਦਾ ਕਤਲ ਕਰ ਦਿੱਤਾ ਜਾਂਦਾ। ਸੁਰਿੰਦਰ, ਆਸ-ਪਾਸ ਕੋਈ ਸੀਸੀਟੀਵੀ ਸੀ? ਪੁਲਿਸ ਕੀ ਕਰ ਰਹੀ ਹੈ ਇਸ ਮਾਮਲੇ ਦੇ ਵਿੱਚ? ਬਿਲਕੁਲ ਅਸ਼ੇ ਵੀ ਦੱਸਦਾ ਚਾਹੁੰਦਾ, ਜਿਹੜਾ ਇਹ ਇਲਾਕਾ ਹੈਗਾ ਜਿਹੜਾ ਸਟੇਡੀਅਮ ਹੈਗਾ ਸਟੇਡੀਅਮ ਦੇ ਜਿਹੜਾ ਮੋਰਲਾ ਪਾਸਾ ਹੈਗਾ ਉੱਥੇ ਸੀਸੀਟੀਵੀ ਕੈਮਰਾ ਜ਼ਰੂਰ ਲੱਗੇ ਹੋਏ ਨੇ, ਪਰ ਜਿਹੜਾ ਬੈਕ ਸਾਈਡ ਦਾ ਇਲਾਕਾ ਹੈਗਾ ਉੱਥੇ ਸੀਸੀਟੀਵੀ ਕੈਮਰਾ ਨਹੀਂ ਹੈਗੇ। ਪਰ ਗਰਾਊਂਡ ਜਿਹੜੇ ਆਸੇ ਪਾਸੇ ਪਾਰਕ ਬਣੀ ਆ ਉੱਥੇ ਲੋਕ ਸਵੇਰੇ ਜਾਂ ਸ਼ਾਮ ਨੂੰ ਸੈਰ ਕਰਨ ਵਾਸਤੇ ਜ਼ਰੂਰ ਆਉਂਦੇ ਨੇ। ਹਾਲਾਂਕਿ ਪੁਲਿਸ ਨੇ ਜਿਹੜੀ ਮ੍ਰਿਤਕ ਦੇਹ ਹੈਗੀ ਹੈ ਸਤਨਾਮ ਸਿੰਘ ਦੀ ਉਹਨੂੰ ਸਿਵਲ ਹਸਪਤਾਲ ਮੌਰਸ਼ੀ ਦੇ ਵਿੱਚ ਰਖਵਾ ਦਿੱਤਾ ਹੈ ਔਰ ਉਹਦਾ ਪੋਸਟਮਾਰਟਮ ਹੋਣਾ ਔਰ ਪੁਲਿਸ ਡੂੰਘਾਈ ਨਾਲ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਕਿਉਂਕਿ ਪਿਛਲੇ ਦਿਨੀਂ ਵੀ ਜਿਹੜੀ ਲੜਾਈ ਹੋਈ ਸੀਗੀ ਉਸਦੇ ਉਸ ਪਹਿਲੂ ਨੂੰ ਵੀ ਮੱਦੇਨਜ਼ਰ ਰੱਖਦੇ ਹੋਏ ਜਿਹੜਾ ਜਿਹਨਾਂ ਲੋਕਾਂ ਨਾਲ ਲੜਾਈ ਝਗੜਾ ਹੋਇਆ ਸੀਗਾ ਉਹਨਾਂ ਲੋਕਾਂ ਕੋਲੋਂ ਵੀ ਪੁੱਛਗਿੱਛ ਕੀਤੀ ਜਾਏਗੀ। ਔਰ ਆਸ ਪਾਸ ਦੇ ਜਿਹੜੇ ਸੀਸੀਟੀਵੀ ਕੈਮਰੇ ਹੈਗੇ ਚਾਹੇ ਉਹ ਐਂਟਰੀ ਪੁਆਇੰਟ ਹੈਗਾ ਚਾਹੇ ਉਹ ਦੂਸਰੇ ਪਾਸੇ ਐਗਜ਼ਿਟ ਪੁਆਇੰਟ ਹੈਗੇ ਜਿੱਥੇ ਵੀ ਇਸ ਪਾਰਕ ਦੇ ਐਗਜ਼ਿਟ ਪੁਆਇੰਟ ਜਾਂ ਇਨ ਪੁਆਇੰਟ ਹੈਗੇ ਆ ਉਹਨਾਂ ਦੇ ਆਸ ਪਾਸ ਲੱਗੇ ਸੀਸੀਟੀਵੀ ਸੰਭਾਲਣ ਦੀ ਗੱਲ ਜ਼ਰੂਰ ਕੀਤੀ ਜਾ ਰਹੀ ਉਹਨਾਂ ਵੱਲੋਂ। ਜੀ 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 ਸ਼ੁਕਰੀਆ ਸੁਰਿੰਦਰ ਫਿਲਹਾਲ ਪੂਰੀ ਜਾਣਕਾਰੀ ਦੇ ਲਈ। ਤਾਂ ਆਸ ਪਾਸ ਦੇ ਸੀਸੀਟੀਵੀ ਖੰਗਾਲੇ ਜਾਣਗੇ। ਫਿਲਹਾਲ ਜਿੱਥੇ ਪੂਰੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਉੱਥੇ ਕੋਈ ਸੀਸੀਟੀਵੀ ਮੌਜੂਦ ਨਹੀਂ। ਸਵੇਰੇ ਤਕਰੀਬਨ 3 ਵਜੇ ਦੀ ਇਹ ਘਟਨਾ ਹੈ ਜਿਵੇਂ ਮੇਰੇ ਸਹਿਯੋਗੀ ਜਾਣਕਾਰੀ ਦੇ ਰਹੇ ਸੀ। ਜਲੰਧਰ 'ਚ ਬਲਟਨ ਪਾਰਕ ਨੇੜੇ ਕਤਲ ਕੀਤਾ ਗਿਆ, ਇੱਕ ਸ਼ਖਸ ਦਾ ਕਤਲ ਕੀਤਾ ਗਿਆ ਜਿਸ ਦੀਆਂ ਤਸਵੀਰਾਂ ਅਸੀਂ ਦਿਖਾ ਰਹੇ ਹਾਂ। ਸੱਤਾ ਘੁੰਮਣ ਨਾਂ ਦੇ ਸ਼ਖਸ ਦਾ ਕਤਲ ਕੀਤਾ ਗਿਆ ਹੈ, ਗੈਂਗਵਾਰ ਜਲੰਧਰ 'ਚ ਨਜ਼ਰ ਆਈ ਹੈ। ਬਦਮਾਸ਼ ਸੱਤਾ ਘੁੰਮਣ ਦਾ ਤੇਜ਼ ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ ਗਿਆ ਹੈ। ਉਧਰ ਪਟਿਆਲਾ ਦੇ ਵਿੱਚ ਦਰਦਨਾਕ ਸੜਕ ਹਾਦਸਾ ਵਾਪਰਿਆ ਜਿੱਥੇ ਤੇਜ਼ ਰਫ਼ਤਾਰ ਸਕਾਰਪੀਓ ਨੇ ਸਾਈਕਲ ਸਵਾਰ ਨੂੰ ਕੁਚਲ ਦਿੱਤਾ ਹੈ। ਪਟਿਆਲਾ ਦਾ ਇਹ ਪੂਰਾ ਮਾਮਲਾ ਹੈ। ਹਾਦਸੇ 'ਚ ਜੋ ਸਾਈਕਲ ਸਵਾਰ ਸੀ ਉਸਦਾ ਸਿਰ ਧੜ ਨਾਲੋਂ ਵੱਖ ਹੋ ਗਿਆ, ਅਜੇ ਤੱਕ ਮ੍ਰਿਤਕ ਦਾ ਸਿਰ ਬਰਾਮਦ ਨਹੀਂ ਹੋਇਆ। ਇਹ ਮਾਮਲਾ ਹੈ ਪਟਿਆਲਾ ਦਾ ਜਿੱਥੇ ਇੰਨਾ ਭਿਆਨਕ ਹਾਦਸਾ ਹੋਇਆ। ਤੇਜ਼ ਰਫ਼ਤਾਰੀ ਦਾ ਕਹਿਰ ਐਸਾ ਨਜ਼ਰ ਆਇਆ ਕਿ ਸਾਈਕਲ ਸਵਾਰ ਦਾ ਸਿਰ ਧੜ ਨਾਲੋਂ ਵੱਖ ਹੋ ਗਿਆ ਤੇ ਅਜੇ ਤੱਕ ਉਸਦਾ ਸਿਰ ਨਹੀਂ ਮਿਲਿਆ। ਕਾਰ ਬਰਾਮਦ ਕਰ ਲਈ ਗਈ ਹੈ। ਮੁਲਜ਼ਮਾਂ ਦੀ ਸੀਸੀਟੀਵੀ ਵੀ ਸਾਹਮਣੇ ਆਈ ਹੈ। ਪੁਲਿਸ ਨੇ ਸੀਸੀਟੀਵੀ ਤਸਵੀਰਾਂ ਜਿਹੜੀਆਂ ਨੇ ਉਹ ਸਾਹਮਣੇ ਆ ਚੁੱਕੀਆਂ ਨੇ। ਪੁਲਿਸ ਨੇ ਹਾਦਸੇ ਵਾਲੀ ਸਕਾਰਪੀਓ ਬਰਾਮਦ ਕਰ ਲਈ ਹੈ। ਸਕਾਰਪੀਓ ਦੀਆਂ ਤਸਵੀਰਾਂ ਨੇ ਸਕਾਰਪੀਓ ਦੀ ਹਾਲਤ ਦੇਖ ਕੇ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਕਿੰਨਾ ਭਿਆਨਕ ਹਾਦਸਾ ਹੋਏਗਾ, ਕਿੰਨਾ ਤੇਜ਼ ਰਫ਼ਤਾਰ ਇਹ ਕਾਰ ਹੋਏਗੀ। ਪਟਿਆਲਾ ਜੇਲ੍ਹ ਰੋਡ ਦੇ ਨੇੜੇ ਇਹ ਹਾਦਸਾ ਵਾਪਰਿਆ ਹੈ। ਸਾਈਕਲ ਸਵਾਰ ਦੀ ਮੌਤ ਹੋ ਚੁੱਕੀ ਹੈ, ਸਿਰ ਧੜ ਨਾਲੋਂ ਵੱਖ ਹੋ ਗਿਆ। ਇੰਨੀ ਤੇਜ਼ ਸੀ ਇਹ ਕਾਰ ਕਿ ਸਿਰ ਧੜ ਨਾਲੋਂ ਵੱਖ ਹੋ ਗਿਆ। ਅਜੇ ਤੱਕ ਜੋ ਨੌਜਵਾਨ ਹੈ ਜੋ ਸਾਈਕਲ ਸਵਾਰ ਹੈ ਉਸਦਾ ਸਿਰ ਬਰਾਮਦ ਨਹੀਂ ਹੋਇਆ। ਪਟਿਆਲਾ ਦਾ ਇਹ ਪੂਰਾ ਮਾਮਲਾ ਹੈ। ਸਕਾਰਪੀਓ ਦੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ। ਸਕਾਰਪੀਓ ਦੀ ਜੋ ਹਾਲਤ ਹੈ ਉਹ ਬਿਆਨ ਕਰ ਰਹੀ ਹੈ ਕਿ ਕਿੰਨੀ ਤੇਜ਼ ਰਫ਼ਤਾਰ ਇਹ ਕਾਰ ਹੋਏਗੀ। ਅਗਲਾ ਜਿਹੜਾ ਸ਼ੀਸ਼ਾ ਹੈ ਉਹ ਪੂਰੀ ਤਰ੍ਹਾਂ ਟੁੱਟ ਚੁੱਕਿਆ ਹੈ, ਕਾਰ ਅੱਗੋਂ ਪੂਰੀ ਤਰ੍ਹਾਂ ਨੁਕਸਾਨੀ ਗਈ ਹੈ ਤੇ ਕਿੰਨੀ ਤੇਜ਼ ਰਫ਼ਤਾਰ ਇਹ ਕਾਰ ਹੋਏਗੀ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ। ਤੇਜ਼ ਰਫ਼ਤਾਰ ਸਕਾਰਪੀਓ ਨੇ ਸਾਈਕਲ ਸਵਾਰ ਨੂੰ ਕੁਚਲਿਆ ਹੈ। ਹਾਦਸੇ 'ਚ ਨੌਜਵਾਨ ਦਾ ਸਿਰ ਧੜ ਨਾਲੋਂ ਵੱਖ ਹੋ ਗਿਆ ਤੇ ਸਿਰ ਅਜੇ ਤੱਕ ਨਹੀਂ ਮਿਲਿਆ। ਮਾਮਲਾ ਇਹ ਹੋਇਆ, ਕੱਲ੍ਹ ਰਾਤ 12:15 ਵਜੇ ਦਾ ਟਾਈਮ ਸੀਗਾ ਜੀ। ਮੇਰਾ ਭਾਈ ਫੰਕਸ਼ਨ ਲਾ ਕੇ ਆ ਰਿਹਾ ਸੀਗਾ, ਉਹ ਵੀ ਕੋਫੀ ਦਾ ਕੰਮ ਕਰਦਾ ਜੀ, ਅਤੇ ਇੱਕ ਗੱਡੀ ਸੀ ਸਕਾਰਪੀਓ ਇੱਕ ਹੋਰ ਗੱਡੀ ਸੀ ਦੇ ਨਾਲ, ਦੋਨੇ ਰੇਸ ਲਗਾ ਕੇ ਆ ਰਹੇ ਸੀਗੇ ਅਤੇ ਉਹਨਾਂ ਨੇ ਉਸਨੂੰ ਟੱਕਰ ਮਾਰੀ। ਜਦੋਂ ਸਾਨੂੰ ਰਾਤ ਨੂੰ ਕਿਸੇ ਦੇ ਬੰਦੇ ਦਾ ਫੋਨ ਆਇਆ ਇਸ ਕਰਕੇ ਵੀ ਐਕਸੀਡੈਂਟ ਹੋ ਗਿਆ ਇਸ ਤਰ੍ਹਾਂ ਕਰਕੇ ਉੱਥੇ, ਤਾਂ ਸਾਨੂੰ ਆਪਣੇ ਬ੍ਰਦਰ ਦੀ ਕਾਫੀ ਲੱਭਣ 'ਤੇ ਧੜ ਤਾਂ ਮਿਲ ਗਿਆ ਪਰ ਉਹਦਾ ਸਿਰ ਨਹੀਂ ਲੱਭਿਆ। ਜਦੋਂ ਅਸੀਂ ਸਿਰ ਲੱਭਣ ਦੇ ਥਾਣੇ 'ਚ ਗਏ ਤਾਂ ਉਹਨਾਂ ਦੇ ਤਿਰਪੜੀ ਤੋਂ ਲੈ ਕੇ ਮੜੀਆਂ ਰੋਡ ਤੱਕ
खून के निशान देखे गए और डीजल के निशान देखे गए। असी शनाख्त करते करते असी इस कलोनी च पहुँचे, हरिंदरनगर पहुँचे और सानू इत्थे ये गड्डी स्कॉर्पियो खड़ी मिली। जो उम्र 43 साल उम्र की गुरबख कलोनी तो फजलपुरा। मनोज शर्मा मेरे सहयोगी पटियाला तो फोन लाइन से जुड़े ने। मनोज, तस्वीरां असीं स्कॉर्पियो दीआं देख रहे हैं जो पुलिस ने बरामद की है, तो अजे तक नौजवान का सिर बरामद नहीं होया जो उन्होंने परिवारक मैंबर जानकारी दे रहे हैं। हुण तक इस मामले च की कुछ सामने आया, सीसीटीवी तस्वीरां का भी जिक्र हो रहा है कि आपस च रेस लाई जा रही सी। जी बिल्कुल अर्शदीप, दस दिया कि हजे तक जो मृतक हैगा जो धड़ हैगा वह उत्थे बरामद हो गया सी, पर जो सिर हैगा वह हजे तक बरामद नहीं होया, क्योंकि काफ़ी वड्डी यह घटना हैगी है कि जोड़े नौजवान ने गे उन्होंने पिछों कि दोषी है, पुलिस हजे तक यही पता नहीं कर सकी कि आखिर कार नू कौन चला रहा है। जोड़े नौजवान सीसीटीवी च नजर आ रहे हैं वो एक गड्डी नहीं हैगी, दो गड्डिया होर नजर आ रही ने, तो गड्डी नू किते पार्क करते या आप कह सकते कि उतों घटना स्थान तो लैके लुकाते नजर आ रहे हैं। दूजे पासे अर्शदीप जिहड़ा परिवार हैगा उन्हें दोष लाया कि जोड़े नौजवान ने गे इन्होंने घटना अंजाम देने तो बाद उत्थे रुकण की भी कोशिश नहीं की, मृतक का जोड़ा धर से उत्थे पै रहा, तो हादसे इन्ना भयानक सी कि मृतक का जोड़ा सिर हैगा वो धर नालों अलग हो गया, तो हजे तक कई घंटे बीत चुके ने, 48 घंटे का समा बीत चुकया, पर हजे तक मृतक का जोड़ा सिर हैगा वो भी बरामद नहीं होया। तो पुलिस हजे सिर्फ यही गल कह रही है कि एक नौजवान सुखमन, पुलिस के दस अनुसार एक सुखमन ना का जोड़ा नौजवान वह नाम सामने आ रहा है कि वह इस गड्डी ड्राइव कर रहा है। गिरफ्तार किसी को किया गया? जी फिलहाल हजे तक किसी की गिरफ्तारी पुलिस के वालों नहीं की गई, सिर्फ परचा दर्ज किया गया कि असी एक केस दर्ज कर लिया है, जल्दी दोषियों नूं गिरफ्तार कर लिया जाऊगा। जी अर्शी जी, शुक्रिया मनोज फिलहाल पूरी जानकारी दे लई। तां सिर्फ तेज रफ्तार दा मामला नहीं है, आपस च रेस लगाई जा रही सी, सवाल पुलिस प्रशासन ते वी उठदे ने कि अजिहियां तस्वीरां जदों सामने आ जांदियां ने, आपस च रेस लगाई जा रही सी ते इन्ना भयानक इह सड़क हादसा होया कि एक नौजवान इसका शिकार होया, सिर धड़ नालों वक हो गया, तो सिर का अजे कोई अता पता नहीं, सिर कित्थे गया अजे तक बरामद नहीं होया, अजे तक किसी की भी गिरफ्तारी नहीं हुई। कार बरामद कर ली है लेकिन अजे तक किसी की गिरफ्तारी इस मामले च नहीं हुई। पटियाला का यह पूरा मामला है। उधर मोगा दे विच भयानक सड़क हादसा वापरिया जिथे पिकअप गड्डी ते बाइक विचाले जबरदस्त टक्कर हुई है ते बाइक सवार शख्स की मौत हो गई है, एक शख्स गंभीर जख्मी होया है। धर्मकोट दे बाजे के च पेट्रोल पंप के सामने हादसा होया, सीसीटीवी दे विच पूरी घटना कैद हुई है। पिकअप ते कार दे विचाले पिकअप ते बाइक दे विचाले माफ करना टक्कर हुई है, सीसीटीवी तस्वीरां भी सामने आईयां ने। मोगा दे विच इह भयानक सड़क हादसा होया, एक पासे पिकअप आ रहा सी, दूसरे पासे मोटरसाइकिल आ रहा सी, पेट्रोल पंप के सामने हादसा वापरिया है, बाइक सवार एक शख्स की मौत हो गई है ते एक गंभीर जख्मी है। धर्मकोट के बाजे खेच पेट्रोल पंप के नेड़े हादसा वापर है, सीसीटीवी तस्वीर इस हादसे दियां, एक पासे पिकअप जा रहा सी ते दूसरे पासे बाइक आ रही सी, आपस च इन्नी जबरदस्त टक्कर हुई है कि बाइक सवार शख्स की मौत हो गई है। दखल सी पहला मेरे सट लगी सी, मैं उन्हें कहा चलाने, पता नहीं मखू तू चलाया, पता नहीं रब जानता भाई मुंडे सी, ये नहीं पता किधरों आए हैं किधर नहीं, बाजे के पेट्रोल पंप के कोल सामने उत्ते होया, तो पेट्रोल पंप वाले मेरी गल हुई, फोन मोबाइल इनका मुंडे का डिग पे उत्ते, उन्होंने चक लिया कोल रख लिया, वो कहते ने तुसी एक्सीडेंट हाथी छोटा हाथी वो बचिया, ये नहीं पता अगों बचिया कि पिछू बचे, तो हम उ पता लगेगा जाके जी सर। समराला पुलिस ने दो शूटरां नूं गिरफ्तार किया, इन्हां शूटरां नूं विदेश तों कतल की फिरौती मिली सी, 30 बोर पिस्टल ते 8 जिंदा कारतूस इन्हां तों बरामद होए ने, विदेश च बैठे एकम सिंह नां दे शख्स ने
ਫਿਰੌਤੀ ਦਿੱਤੀ ਸੀ। ਚਾਚੇ ਦੇ ਬੇਟੇ ਦੇ ਕਤਲ ਲਈ ਵਿਦੇਸ਼ ਤੋਂ ਫਿਰੌਤੀ ਦਿੱਤੀ ਸੀ। ਕਤਲ ਮਗਰੋਂ ਸ਼ੂਟਰਾਂ ਨੂੰ ਕੁਵੈਤ ਬੁਲਾਉਣ ਦਾ ਲਾਲਚ ਵੀ ਦਿੱਤਾ ਗਿਆ ਸੀ। ਦੋ ਸ਼ੂਟਰ ਗ੍ਰਿਫਤਾਰ ਕੀਤੇ ਨੇ ਸਮਰਾਲਾ ਪੁਲਿਸ ਨੇ। ਇਹ ਤਸਵੀਰਾਂ ਨੇ 30 ਬੋਰ ਦੇ ਪਿਸਟਲ ਤੇ 8 ਜ਼ਿੰਦਾ ਕਾਰਤੂਸ ਇਹਨਾਂ ਤੋਂ ਬਰਾਮਦ ਹੋਏ ਨੇ। ਵਿਦੇਸ਼ 'ਚ ਬੈਠੇ ਸ਼ਖਸ ਨੇ ਆਪਣੇ ਚਾਚੇ ਦੇ ਬੇਟੇ ਦੇ ਕਤਲ ਲਈ ਫਿਰੌਤੀ ਦਿੱਤੀ ਸੀ ਤੇ ਕਤਲ ਮਗਰੋਂ ਸ਼ੂਟਰਾਂ ਨੂੰ ਕੁਵੈਤ ਬੁਲਾਉਣ ਦਾ ਲਾਲਚ ਵੀ ਦਿੱਤਾ ਸੀ। ਰੈੱਡ ਜੈਕਟ ਵਾਲਾ ਬੰਦਾ ਪਿੱਛੇ ਨੂੰ ਭੱਜ ਲਿਆ ਤਾਂ ਇਹਨਾਂ ਨੇ ਆਪਣੀਆਂ ਗੱਡੀਆਂ, ਕਿਉਂਕਿ ਕਾਫੀ ਫਰਕ 'ਤੇ ਸੀ, ਦੂਰੋਂ ਦਿਖਾਈ ਦਿੰਦਾ ਸੀ, ਤਾਂ ਇਹਨਾਂ ਨੇ ਆਪਣੀਆਂ ਗੱਡੀਆਂ ਭਜਾ ਕੇ ਉਸ ਬੰਦੇ ਨੂੰ ਕਾਬੂ ਕੀਤਾ। ਉਹ ਵਿਅਕਤੀ ਹੈਗਾ ਗੁਰਚਰਨ ਸਿੰਘ। ਗੁਰਚਰਨ ਸਿੰਘ ਸਾਨੂੰ ਬੂਟਾ ਸਿੰਘ ਪਤਲੀ ਪੈਂਦਾ ਹੈ, ਇਹ ਮੋਗੇ ਡਿਸਟ੍ਰਿਕਟ ਦੇ ਵਿੱਚ ਉੱਥੋਂ ਦਾ ਰਹਿਣ ਵਾਲਾ। ਇਹਨਾਂ ਨੇ ਕਾਬੂ ਕਰਕੇ ਜਦੋਂ ਉਹਦੀ ਸਰਚ ਕੀਤੀ ਤਾਂ ਉਹਦੇ ਕੋਲੋਂ 30 ਬੋਰ ਦਾ ਪਿਸਟਲ ਅਤੇ 8 ਕਾਰਤੂਸ ਜਿਹੜੇ ਕਿ ਲੋਡਡ ਸੀ ਉਹ ਇਹਨਾਂ ਨੇ ਉਹਦੇ ਕੋਲੋਂ ਬਰਾਮਦ ਕੀਤੇ। ਉਧਰ ਚਾਜਲੀ ਕਤਲ ਮਾਮਲੇ 'ਚ ਪੁਲਿਸ ਨੇ ਵੱਡਾ ਐਕਸ਼ਨ ਕੀਤਾ ਹੈ। ਸੰਗਰੂਰ ਪੁਲਿਸ ਨੇ 48 ਘੰਟਿਆਂ ਦੇ ਅੰਦਰ ਮੁਲਜ਼ਮਾਂ ਨੂੰ ਕਾਬੂ ਕਰ ਲਿਆ। 4 ਮੁਲਜ਼ਮ ਗ੍ਰਿਫਤਾਰ ਹੋ ਚੁੱਕੇ ਨੇ, 2 ਅਜੇ ਵੀ ਫਰਾਰ ਨੇ। ਬੱਕਰੀ ਗੁੰਮ ਹੋਣ ਤੋਂ ਬਾਅਦ 2 ਤਰ੍ਹਾਂ ਦੇ ਵਿਚਾਲੇ ਝੜਪ ਹੋਈ ਸੀ ਤੇ ਝੜਪ ਦੌਰਾਨ ਇੱਕ ਸ਼ਖਸ ਦੀ ਮੌਤ ਹੋ ਗਈ। ਕਾਰਵਾਈ ਦੀ ਮੰਗ ਨੂੰ ਲੈ ਕੇ ਕੱਲ੍ਹ ਮ੍ਰਿਤਕ ਦੇ ਪਰਿਵਾਰ ਵਾਲਿਆਂ ਨੇ ਥਾਣੇ ਦੇ ਬਾਹਰ ਧਰਨਾ ਲਾਇਆ ਸੀ ਤੇ ਪੁਲਿਸ ਨੇ 48 ਘੰਟਿਆਂ 'ਚ 4 ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ। ਬੱਕਰੀ ਗੁੰਮ ਹੋ ਜਾਂਦੀ ਹੈ ਤਾਂ 2 ਸ਼ਖਸ ਜਿਨ੍ਹਾਂ ਦੀਆਂ ਬੱਕਰੀਆਂ ਸੀ ਉਹ ਕਿਸੇ ਦੇ ਘਰ ਸ਼ੱਕ ਹੋਣ ਤੇ ਪਹੁੰਚਦੇ ਨੇ ਤੇ ਉੱਥੇ ਜਿਨ੍ਹਾਂ ਦਾ ਉਹ ਘਰ ਸੀ ਉਹਨਾਂ ਦੇ ਵੱਲੋਂ ਕੁੱਟਮਾਰ ਕੀਤੀ ਗਈ ਹੈ, ਬੰਧਕ ਬਣਾ ਕੇ ਕੁੱਟਮਾਰ ਕੀਤੀ ਗਈ ਹੈ, ਜਿਸ ਦੌਰਾਨ ਇੱਕ ਸ਼ਖਸ ਦੀ ਮੌਤ ਹੋ ਗਈ ਹੈ ਤੇ ਦੂਸਰਾ ਗੰਭੀਰ ਜ਼ਖਮੀ ਹੈ। ਪੁਲਿਸ ਨੇ 4 ਮੁਲਜ਼ਮਾਂ ਨੂੰ ਕਾਬੂ ਕਰ ਲਿਆ ਹੈ। ਤੇ ਉਸ ਤੋਂ ਬਾਅਦ ਜਿਹੜਾ ਹੈਗਾ ਇਹਨਾਂ ਦੀ ਇੰਜਰੀਜ਼ ਕਰਕੇ ਇਹਨਾਂ ਨੂੰ ਜਦੋਂ ਪੁਲਿਸ ਪਾਰਟੀ ਨੂੰ ਪਤਾ ਲੱਗਿਆ ਇਹਨਾਂ ਨੂੰ ਐਡਮਿਟ ਕਰਵਾਇਆ ਗਿਆ ਅਤੇ ਪੁਲਿਸ ਕਾਰਵਾਈ ਅਮਲ 'ਚ ਲਿਆਂਦੀ ਗਈ। ਇਹਦੇ ਸੰਬੰਧ ਵਿੱਚ ਇੱਕ ਮੁਕੱਦਮਾ ਕਿਡਨੈਪਿੰਗ ਦਾ ਅਤੇ ਮਰਡਰ ਦਾ ਦਰਜ ਕੀਤਾ ਗਿਆ, ਨਾਲ SC ST ਐਕਟ ਦੀ ਅਪਰੋਪਰੀਏਟ ਸੈਕਸ਼ਨਸ ਲਾ ਕੇ ਕੇਸ ਦਰਜ ਕੀਤਾ ਗਿਆ। ਅਤੇ ਇਹਦੇ ਵਿੱਚ ਮੁਕੱਦਮਾ ਦਰਜ ਕਰਨ ਤੋਂ ਬਾਅਦ ਇੱਕ ਬੰਦਾ ਉਸੀ ਦਿਨ ਮੌਕੇ ਤੋਂ ਫੜਿਆ ਗਿਆ ਅਤੇ ਬਾਕੀ 3 ਜਿਹੜੇ ਦੋਸ਼ੀ ਸੀਗੇ ਉਹ ਅੱਜ ਸਾਡੀ ਟੀਮ ਨੇ ਅਰੈਸਟ ਕੀਤੇ ਹੈਗੇ। ਇਸ ਤੋਂ ਇਲਾਵਾ ਜਿਹੜੇ ਇੱਕ ਦੋ ਅਨਨੋਨ ਦੋਸ਼ੀਆਂ ਬਾਰੇ ਜਿਹੜੀ ਇਨਫੋਰਮੇਸ਼ਨ ਹੈਗੀ ਉਹ ਅਸੀਂ ਇੰਟਰੋਗੇਟ ਕਰਾਂਗੇ। ਤੇ ਹੁਣ ਜ਼ਿਕਰ ਸੰਗਰੂਰ ਦੇ ਉਸ ਸ਼ਰਾਬ ਵਾਲੇ ਠੇਕੇ ਦਾ ਜਿੱਥੇ ਸਕੂਲੀ ਬੱਚਿਆਂ ਨੂੰ ਸ਼ਰਾਬ ਵੇਚੀ ਗਈ। ਬੇਸ਼ੱਕ ਐਕਸਾਈਜ਼ ਵਿਭਾਗ ਨੇ ਕਾਰਵਾਈ ਵੀ ਕੀਤੀ ਪਰ ਜੋ ਨਿਊਜ਼ 18 ਦੇ ਵੱਲੋਂ ਰਿਐਲਿਟੀ ਚੈੱਕ ਕੀਤਾ ਗਿਆ ਤੇ ਜੋ ਤਸਵੀਰਾਂ ਕੈਮਰੇ 'ਚ ਕੈਦ ਹੋਈਆਂ ਉਹ ਇਹੀ ਬਿਆਨ ਕਰ ਰਹੀਆਂ ਨੇ ਕਿ ਠੇਕੇ ਵਾਲਿਆਂ ਨੂੰ ਐਕਸਾਈਜ਼ ਵਿਭਾਗ ਦੀ ਵੀ ਕੋਈ ਪਰਵਾਹ ਨਹੀਂ ਹੈ। ਇਹ ਸੰਗਰੂਰ ਦਾ ਉਹੀ ਸ਼ਰਾਬ ਦਾ ਠੇਕਾ ਹੈ ਜਿੱਥੇ ਠੇਕੇ ਦੇ ਕਰਿੰਦੇ ਵੱਲੋਂ ਸਰਕਾਰੀ ਹੁਕਮਾਂ ਦੀਆਂ ਧੱਜੀਆਂ ਉਡਾਈਆਂ ਗਈਆਂ ਸਨ। ਸਕੂਲੀ ਬੱਚਿਆਂ ਨੂੰ ਹੀ ਸ਼ਰਾਬ ਵੇਚੀ ਗਈ। ਨਿਊਜ਼ 18 ਨੇ ਖਬਰ ਵਿਖਾਈ ਤਾਂ ਇਸਦਾ ਅਸਰ ਵੀ ਨਜ਼ਰ ਆਇਆ। ਐਕਸਾਈਜ਼ ਵਿਭਾਗ ਨੇ ਤੁਰੰਤ ਐਕਸ਼ਨ ਲਿਆ ਤੇ ਠੇਕੇ ਦਾ ਚਲਾਨ ਕਰਦਿਆਂ 10, 11 ਤੇ 12 ਫਰਵਰੀ ਤੱਕ ਇਸ ਠੇਕੇ ਨੂੰ ਬੰਦ ਕਰ ਦਿੱਤਾ ਗਿਆ। ਤਾਂ ਫਿਰ ਜਦੋਂ ਨਿਊਜ਼ 18 ਦੇ ਵੱਲੋਂ ਰਿਐਲਿਟੀ ਚੈੱਕ ਕੀਤਾ ਗਿਆ ਤਾਂ ਤਸਵੀਰ ਬਿਲਕੁਲ ਹੀ ਉਲਟ ਨਜ਼ਰ ਆਈ। ਬੇਸ਼ੱਕ ਠੇਕਾ ਪੂਰੀ ਤਰ੍ਹਾਂ ਬੰਦ ਹੈ ਪਰ ਐਕਸਾਈਜ਼ ਵਿਭਾਗ ਨੂੰ ਟਿੱਚ ਜਾਣਦਿਆਂ ਵਿਚਲਾ ਰਸਤਾ ਕੱਢ ਲਿਆ ਗਿਆ ਜੋ ਤਸਵੀਰਾਂ ਦੇ ਵਿੱਚ ਸਾਫ਼ ਨਜ਼ਰ ਵੀ ਆ ਰਿਹਾ। ਸ਼ਟਰ ਨੂੰ ਥੋੜ੍ਹਾ ਕੱਟ ਕੇ ਬਣਾਈ ਜਗ੍ਹਾ ਅਤੇ ਅੰਦਰ ਜਗਦੀਆਂ ਲਾਈਟਾਂ ਇਹ ਬਿਆਨ ਕਰ ਰਹੀਆਂ ਨੇ ਕਿ ਠੇਕਾ ਕਾਗਜ਼ਾਂ ਦੇ ਵਿੱਚ ਹੀ ਬੰਦ ਹੈ। 10, 11 ਤੇ 12 ਜਿਹੜੀ ਇਹ ਸ਼ਰਾਬ ਦਾ ਠੇਕਾ ਬੰਦ ਰਹੂਗਾ, ਪਰ ਤਸਵੀਰਾਂ ਤੁਹਾਨੂੰ ਇੱਕ ਹੋਰ ਵੀ ਦਿਖਾਉਣ ਜਾ ਰਹੇ ਹਾਂ ਕਿ ਭਾਵੇਂ ਸ਼ਟਰ ਦੇ ਨੀਚੇ ਜਿਹੜੇ ਤਾਲੇ ਨੇ ਉਹਨਾਂ ਦੇ ਉੱਪਰ ਸੀਲ ਲੱਗੀ ਹੋਈ ਹੈ, ਪਰ ਦੁਕਾਨ ਦੇ ਸ਼ਟਰ ਦੇ ਵਿੱਚ ਜਿਹੜੀ ਇੱਕ ਮੋਰੀ ਆ ਉਹ ਸ਼ਟਰ ਨੂੰ ਕੱਟ ਕੇ ਬਣਾਈ ਗਈ ਆ। ਅੰਦਰ ਤੁਹਾਨੂੰ ਲਾਈਟਾਂ ਜਲਦੀਆਂ ਦਿਖਣਗੀਆਂ ਅਤੇ ਜਿਹੜੀ ਸ਼ਰਾਬ ਦੀਆਂ ਬੋਤਲਾਂ ਨੇ ਉਹ ਵੀ ਤੁਹਾਨੂੰ ਸਜੀਆਂ ਹੋਈਆਂ ਦਿਖਣਗੀਆਂ। ਜਦੋਂ ਅਸੀਂ ਆਪਣਾ ਕੈਮਰਾ ਲੈ ਕੇ ਇਸ ਜਗ੍ਹਾ ਦੇ ਉੱਪਰ ਪਹੁੰਚੇ ਹਾਂ ਤਾਂ ਉਸ ਤੋਂ ਬਾਅਦ ਦੁਕਾਨ ਦੇ ਅੰਦਰ ਕੰਮ ਕਰਨ ਵਾਲੇ ਜਿਹੜੇ ਕਰਿੰਦੇ ਨੇ ਉਹ ਤਾਂ ਦਿਖਾਈ ਨਹੀਂ ਦੇ ਰਹੇ, ਸ਼ਾਇਦ ਕਿਤੇ ਲੁਕ ਗਏ ਹੋਣ। ਪਰ ਅਗਰ ਐਕਸਾਈਜ਼ ਵਿਭਾਗ ਦੇ ਵੱਲੋਂ ਐਕਸ਼ਨ ਲਿਆ ਗਿਆ ਹੈ, 3 ਦਿਨਾਂ ਦੇ ਲਈ ਇਸ ਨੂੰ ਬੰਦ ਕੀਤਾ ਗਿਆ ਹੈ, ਸੀਲਾਂ ਲਗਾਈਆਂ ਗਈਆਂ ਨੇ, ਪਰ ਜਿਹੜੀ ਇਹ ਚੋਰ ਮੋਰੀ ਆ ਇਹਦੇ ਰਾਹੀਂ ਸ਼ਰੇਆਮ ਜਿਹੜੀ ਸ਼ਰਾਬ ਆ ਲਗਾਤਾਰ ਵੇਚੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਇਸ ਵੀਡੀਓ ਨੇ ਠੇਕੇ ਨੂੰ ਕਟਹਿਰੇ ਵਿੱਚ ਖੜਾ ਕੀਤਾ ਸੀ। ਤਸਵੀਰਾਂ ਦੇ ਵਿੱਚ 2 ਸਕੂਲੀ ਬੱਚੇ ਨਜ਼ਰ ਆ ਰਹੇ ਨੇ ਤੇ ਜੋ ਠੇਕੇ ਦੀਆਂ ਬਰੂਹਾਂ ਤੇ ਪਹੁੰਚਦੇ ਨੇ ਤੇ ਠੇਕੇ ਦੇ ਕਰਿੰਦੇ ਵੱਲੋਂ ਇਸ ਗੱਲ ਦੀ ਵੀ ਪਰਵਾਹ ਨਹੀਂ ਕੀਤੀ ਜਾਂਦੀ ਕਿ 25 ਸਾਲ ਤੋਂ ਘੱਟ ਉਮਰ ਦੇ ਸ਼ਖਸ ਨੂੰ ਸ਼ਰਾਬ ਨਹੀਂ ਵੇਚੀ ਜਾ ਸਕਦੀ। ਸਰਕਾਰੀ ਨਿਯਮਾਂ ਦੀ ਉਲੰਘਣਾ ਤਾਂ ਕੀਤੀ ਹੀ ਤੇ ਹੁਣ ਇਹ ਤਸਵੀਰਾਂ ਬਿਆਨ ਕਰ ਰਹੀਆਂ ਨੇ ਕਿ ਇਸ ਠੇਕੇ ਵਾਲਿਆਂ ਨੂੰ ਐਕਸਾਈਜ਼ ਵਿਭਾਗ ਦੀ ਵੀ ਕੋਈ ਪਰਵਾਹ ਨਹੀਂ ਹੈ।
इस जगह का क्यों नहीं विभाग के वालों निरीक्षण किया गया, दोबारा क्यों नहीं इस जगह के उपर आके देखे है कि जी सा सज़ा वो सज़ा के मुताबिक की यह जी शराब की दुकान आ बंद की गई आ। बाकी दूसरी गल कि तीन दिन के लिए शराब की दुकान बंद करके जी सज़ा वो देनी वाजब हैगी। चरणजीव कौशल संगरूर तो न्यूज़ 18 पंजाब। उधर गुरदासपुर के डेरा बाबा नानक च गुंडागर्दी दी तस्वीर सामने आई ने। बदमाशा ने कई राउंड गोलियां चलाईया ने। घर के बाहर पार्क कारा की भी भन तोड़ की गई है। सीसीटीवी तस्वीर कैद हुई ने। गुरदासपुर दी तस्वीर ने बाबा नानक डेरा बाबा नानक दे विच गुंडागर्दी दी तस्वीर सामने आई ने, जिथे बदमाशा ने कई राउंड गोलियां चलाईया ने। यह तस्वीर डेरा बाबा नानक दी ने। घर के बाहर पार्क की हुई कारा की भी भन तोड़ की गई है। सीसीटीवी भी तस्वीर कैद हुई ने। शरेआम गोलियां चलाईया गई ने डेरा बाबा नानक दी तस्वीर ने, जिथे कुछ लोग गोलियां के खोल भी पुलिस को दिखाते नजर आ रहे हैं। विश्वंबर बिट्टू मेरे सहयोगी जुड़े ने। सीसीटीवी तस्वीर असं दिखा रहे हैं। सीसीटीवी तस्वीर कुछ शख्स नजर आ रहे हैं। विश्वंबर की कुछ तुहाडे कोल पूरी जानकारी इस मामले को लैके? बिल्कुल मैं दसा भी डेरा बाबा नानक गुरदासपुर के डेरा बाबा नानक रोड की घटना है। एक 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 गली नवी बन रही थी। गली बन के बाद जो करैना दुकान के मालक ने जीवन का करैना वाले उन्होंने एक गुआढ़िया सारे कहा भी गली नवी बन रही है, तुम गड्डी खड़ी कर दो क्योंकि गड्डी खड़ी करने करके लोग नहीं लेंगे नवी गली बनती है। और देर रात करीब 12 बजे करीब अनपछाते लोग आते हैं और गड्डी में तोड़ फोड़ करते हैं। गड्डी के तोड़ने बाद उन्होंने फायरिंग करते हैं। देखो जी किसी ने एक महल्ले भी समझदारी दिखाई भी नवी गली बनती थी उसे कोई लंघे ना क्योंकि गली सारे के काम महल सी चीज होंगी है। और उस बंद ने अपनी गड्डी लगा दी थी गड्डी को लंघे ना उन्होंने गड्डी की पहले तो तोड़ फोड़ की सीसी तस्वीर देख सकते तोड़ फोड़ करने बाद फायरिंग की देख लो भी एक किन्नी की वही गल है भी गली तो लंघन रस्ता जो भी छड़िया गया फैल तो पहचान कर ली गई है। विश्वंबर जी जी बिल्कुल पुलिस अधिकारी मौके पर पहुंचे ने जांच कर रहे। सीसीटीवी का पैनल सामने आई है। पुलिस का कहना भी थोड़ी देर तक इन्होंने जांच कर ली है। तो जो दोषी है बाकी कानूनी कार्रवाई की जा रही है। देख सकते हो लोग छोटी छोटी गलों से गोली चलाने के लिए तैयार हो रहे हैं। कल छोटी जी गल है कि गड्डी छाड़ के लंघन में जगह जो मौजूद थी जो कि गड्डी उन्हें समाज सेवा वास्ते गल आई थी गली बनती पी है लेकिन फिर भी वह कई पासी नुकसान किया और गड्डी उन्होंने तोड़ फाड़ की है। गुरदासपुर के फिर बाबा नानक रोड की सारी घटना है जी। शुक्रिया विश्वंबर पूरी जानकारी के लिए। तो गुरदासपुर के डेरा बाबा नानक रोड की एक घटना है जिते कुछ लोगों के वालों शरेआम गोलियां चलाईया गई ने। कार की भन तोड़ की गई है। तस्वीर भी सामने आई ने। पुलिस के वालों इस पूरे मामले की जांच की जा रही है। पार्टी के आगू सिमरजीत बैंस कल जेल तो रिहा हुए ने। जमानत उन्होंने मिल चुकी है 16 केसों के जिस तो बाद उन्होंने रिहाई हुई है। तो उन्होंने कल ढोल नगाड़ियों के नाल उन्होंने समर्थकों ने स्वागत किया लेकिन इस सब के चक्कर उन्होंने समर्थक निजमां चिक्के टंग नजर आए। निजमां दीआं शरेआम धज्जियां उठाईआं गईआं। स्वागत के चक्कर च निजमां नूं छिक्के टंगिआ गया। बिजली की कुंडी ला के चलाए स्पीकर से स्पीकर के बल्ब बिजली की कुंडी ला के चलाए गए। मौके की वीडियो कैमरे च कैद हुई है। लड्डू वंडन वाले स्टॉल के नेड़े स्पीकर लाए हुए थे। बैंस के बाहर आने की खुशी च लड्डू वंडे जा रहे थे तो बल्ब से स्पीकर कुंडी ला के लाए गए थे। तो मेरे सहयोगी रोहित गौड़ जुड़े ने। रोहित की कुछ तुहाडे कोल पूरी जानकारी इस मामले से? जी बिल्कुल मैं तुम्हें दस देना चाहना कि कल लुधियाना पहुंचे सिमरजीत सिंह बैंस के समर्थकों ने जगह जगह जो स्टॉल लगाए थे उन्होंने स्वागत हफ्ते तो उन्होंने ही एक मेन वा जो स्टॉल लगाया गया जो लुधियाने के आत्मनगर चौंक के लगाया गया पीर पैलेस उस जगह के उत्ते तो ज्यादा देखने को मिला कि आम लोग इस स्वागत को लेकर काफी परेशान नजर आए जिथे समर्थकों ने ट्रैफिक रोक के आतिशबाजी की और कई ऐसी स्थितियां बनिया कि जिस कोई भी वड्डा हादसा हो सकता है उस चीज को भी उन्होंने नजरअंदाज किया। तो दूजे पासे उन्होंने शरेआम बिजली की कुंडी भी लगाई जिस जिहड़े उत्ते साउंड सिस्टम सीगा या डीजे सिस्टम जिहा या लाइट वो लगाइया गई मैं तो यह भी एक अपने आप के सवाल खड़े होंगे ने कि अगर सिमरजीत सिंह बैंस अपने किसी भी केस तो रिहा हुए ने या उन्होंने जमानत मिली है तो उस की शक्ति प्रदर्शन दिखाना की जरूरी सीगा कि लोगों को यह चीज जाहिर करनी जरूरी सी कि वह हुण जेल तो बाहर आ गए ने।
ਦੂਜੇ ਪਾਸੇ ਕਿਤੇ ਨਾ ਕਿਤੇ ਧਾਰਾ 144 ਜਿਹੜੀ ਕਿ ਲੁਧਿਆਣਾ ਸ਼ਹਿਰ ਦੇ ਵਿੱਚ ਲਿਖੀ ਹੋਈ ਹੈ ਉਸਦੇ ਵੀ ਨਿਯਮਾਂ ਦੀ ਪਾਲਣਾ ਨਾ ਕਰਦੇ ਹੋਏ ਛਿੱਕੇ ਵੱਲੋਂ ਧੱਜੀਆਂ ਉਡਾਉਂਦੇ ਹੋਏ ਨਜ਼ਰ ਆਏ ਉਹਨਾਂ ਦੇ ਸਮਰਥਕ। ਤਾਂ ਇੱਥੋਂ ਸਾਫ਼ ਅੰਦਾਜ਼ਾ ਲਗਾ ਸਕਦਾ ਜਾ ਸਕਦਾ ਵਾ ਕਿ ਲੋਕ ਇਨਸਾਫ਼ ਪਾਰਟੀ ਦੇ ਜਿਹੜੇ ਪ੍ਰਧਾਨ ਹੈਗੇ ਸਿਮਰ ਜਿਸ ਤਰੀਕੇ ਨਾਲ ਇੱਕ ਰੁਬੀਲਾ ਉਹਨਾਂ ਦਾ ਰਿਹਾ ਵੈ ਤਾਂ ਉਹੀ ਕਿਤੇ ਨਾ ਕਿਤੇ ਉਹਨਾਂ ਦੇ ਜਿਹੜੇ ਸਮਰਥਕ ਹੈਗੇ ਉਹ ਆਪਣੇ ਆਪ ਨੂੰ ਦਿਖਾਉਣ ਦੀ ਕੋਸ਼ਿਸ਼ ਕਰਦੇ ਨੇ ਕਿ ਇਹ ਪਬਲਿਕ ਦੇ ਵਿੱਚ ਕਿ ਨਿਯਮਾਂ ਦੀ ਉਹਨਾਂ ਦੀ ਉਹਨਾਂ ਵਾਸਤੇ ਕੋਈ ਬਿਜਲੀ ਦੀਆਂ ਕੁੰਡੀਆਂ ਲਗਾਈਆਂ ਗਈਆਂ, ਬਿਜਲੀ ਦੀਆਂ ਕੁੰਡੀਆਂ ਲਗਾ ਕੇ ਸਪੀਕਰ ਤੇ ਬਲਬ ਜਲਾਏ ਗਏ, ਟ੍ਰੈਫਿਕ ਰੋਕਿਆ ਗਿਆ। ਤਾਂ ਖਬਰਾਂ ਦਾ ਸਿਲਸਿਲਾ ਇਸੇ ਤਰੀਕੇ ਨਾਲ ਜਾਰੀ ਹੈ, ਇੱਕ ਛੋਟੇ ਜਿਹੇ ਬ੍ਰੇਕ ਦੇ ਲਈ ਰੁਕਦੇ ਹਾਂ। ਹੈਡਲਾਈਨਸ ਪ੍ਰੈਜੈਂਟਡ ਬਾਈ ਪੇਟ ਸਫਾ ਆਯੁਰਵੈਦਿਕ ਚੂਰਨ, ਪੇਟ ਸਫਾ ਤੋ ਹਰ ਰੋਗ ਦਫਾ। Headlines presented by पेट सफा आयुर्वेदिक चूर्ण, पेट सफा तो हर रोग दफा। ਕਹਿੰਦਾ ਗੱਡੀ ਨਹਿਰ 'ਚ ਗਿਰ ਗਈ ਸਾਡੀ, ਮੈਂ ਸੀਗਾ, ਮੇਰੀ ਮਿਸਿਸ ਸੀਗੀ ਤਾਂ ਮੇਰਾ ਜਵਾਈ ਸੀਗਾ ਤਾਂ ਮੇਰੀ ਸਾਡੀ ਸਿਸਟਰ ਸੀਗੀ। ਠੀਕ ਹੈ, ਮੈਂ ਕਿਹਾ ਕਹਿੰਦਾ ਮੈਂ ਠੀਕ ਹੈ, ਬਾਕੀ ਤਿੰਨੇ ਵਿੱਚ ਕਹਿੰਦਾ ਡੁੱਬ ਗਿਆ। ਹਾਦਸੇ ਸਮੇਂ ਕਾਰ 'ਚ ਘਰ ਦਾ ਮਾਲਕ, ਉਸਦੀ ਪਤਨੀ, ਜਵਾਈ ਤੇ ਭੈਣ ਸਵਾਰ ਸੀ, ਜਿਨ੍ਹਾਂ 'ਚੋਂ ਘਰ ਦਾ ਮਾਲਕ ਬਾਹਰ ਕੱਢ ਲਿਆ ਗਿਆ ਪਰ ਬਾਕੀ ਤਿੰਨ ਮੈਂਬਰਾਂ ਦੀ ਮੌਤ ਹੋ ਗਈ। ਚੰਡੀਗੜ੍ਹ ਦੇ ਸੈਕਟਰ 24 ਭਾਰਤ ਵਿਕਾਸ ਪਰਿਸ਼ਦ ਚੈਰੀਟੇਬਲ ਟਰੱਸਟ ਨੂੰ ਲੈ ਕੇ ਚੰਡੀਗੜ੍ਹ ਪ੍ਰਸ਼ਾਸਨ ਤੇ ਮੇਅਰ ਆਮੋ ਸਾਹਮਣੇ ਹੋ। ਦਰਅਸਲ ਪ੍ਰਸ਼ਾਸਨਿਕ ਟੀਮ ਬਿਲਡਿੰਗ ਵਾਇਲੇਸ਼ਨ ਤੇ ਲੈਬ ਨੂੰ ਸੀਲ ਕਰਨ ਪਹੁੰਚੀ ਸੀ। ਟੀਮ ਦੇ ਮੈਂਬਰਾਂ ਨੇ ਲੈਬ ਦੇ ਸਾਰੇ ਡਾਕਟਰ, ਟੈਕਨੀਸ਼ੀਅਨ, ਸਟਾਫ ਸਮੇਤ ਮਰੀਜ਼ਾਂ ਤੇ ਉਹਨਾਂ ਦੇ ਰਿਸ਼ਤੇਦਾਰਾਂ ਨੂੰ ਲੈਬ ਤੋਂ ਬਾਹਰ ਕੱਢ ਦਿੱਤਾ। ਲੈਬ ਨੂੰ ਸੀਲ ਕਰਨ ਦੀ ਖਬਰ ਮਿਲਦੇ ਹੀ ਮੇਅਰ ਅਨੂਪ ਗੁਪਤਾ ਤੇ ਭਾਜਪਾ ਦੇ ਸੀਨੀਅਰ ਆਗੂ ਰਾਮਵੀਰ ਪੱਟੀ ਸਮੇਤ ਹੋਰ ਉੱਥੇ ਮੌਕੇ ਤੇ ਆ ਪਹੁੰਚੇ। ਸ਼ਹਿਰ ਕੀ ਮਰਜ਼ੀ ਕਰ ਰਹੀ ਹੈ, ਮੇਰੇ ਗਰੀਬੋ ਕਾ ਭਲਾ ਹੋ ਰਹਾ ਹੈ। ਬਾਹਰ ਐਮ ਆਰ ਆਈ 5000 ਰੁਪਏ ਕੀ ਹੋਤੀ ਹੈ, 60000 ਰੁਪਏ ਕੀ ਹੋਤੀ ਹੈ, ਜਾਂ 2000 ਰੁਪਏ ਕੀ ਹੋਤੀ ਹੈ, ਬਾਹਰ ਅਲਟਰਾਸਾਊਂਡ 2500 ਕਾ ਹੋਤਾ ਹੈ, ਜਾਂ 200 ਰੁਪਏ ਕਾ ਹੋਤਾ ਹੈ। ਮੇਰੇ ਕੋ ਸਮਝ ਨਹੀਂ ਆ ਰਿਹਾ ਕਿ ਕਿਸ ਕਾਰਨ ਇਹ ਬੰਦ ਕਰ ਰਹੇ ਹੈ, ਕਾਰਨ ਬਤਾਏ। ਅਗਰ ਇਹ ਬਿਲਡਿੰਗ ਵਾਇਲੇਸ਼ਨ ਕਹਤੇ ਹੈ ਤਾਂ ਪੂਰੇ ਸ਼ਹਿਰ ਮੇਂ ਕਿਤਨੀ ਬਿਲਡਿੰਗ ਵਾਇਲੇਸ਼ਨ ਹੈ, ਪੂਰੇ ਸ਼ਹਿਰ ਕਾ ਡਾਟਾ ਹੈ ਇਨਕੇ ਪਾਸ। ਮਾਮਲਾ ਗਰਮਾਉਂਦਾ ਦੇਖ ਪ੍ਰਸ਼ਾਸਨਿਕ ਟੀਮ ਨੂੰ ਕਾਰਵਾਈ ਅੱਧ 'ਚ ਹੀ ਰੋਕ ਕੇ ਪਿੱਛੇ ਹਟਣਾ ਪਿਆ। ਵਿਰੋਧ ਪ੍ਰਦਰਸ਼ਨ ਲਗਾਤਾਰ ਤੇਜ਼ ਹੋਣ ਤੇ ਲੋਕਾਂ ਦੇ ਇਕਜੁੱਟ ਹੋਣ ਤੇ ਕਾਰਵਾਈ ਕਰਨ ਪਹੁੰਚੀ ਟੀਮ ਨੂੰ ਲੈਬ ਦੁਬਾਰਾ ਖੋਲ੍ਹਣੀ ਪਈ। ਇਸ ਤੋਂ ਬਾਅਦ ਲੈਬ ਸਟਾਫ ਨੇ ਦੁਬਾਰਾ ਕੰਮ ਸ਼ੁਰੂ ਕਰ ਦਿੱਤਾ। ਤੇ ਅਨੰਦਪੁਰ ਸਾਹਿਬ ਤੋਂ ਗੜਸ਼ੰਕਰ ਜਾਂਦੀ ਸੜਕ ਤੇ ਇੱਕ ਡੀਜ਼ਲ ਦਾ ਟਰੱਕ ਪਲਟ ਗਿਆ ਤੇ ਲੋਕ ਡੀਜ਼ਲ ਚੋਰੀ ਕਰਨ ਦੇ ਲਈ ਸਾਰੀਆਂ ਹੱਦਾਂ ਪਾਰ ਕਰ ਗਏ। ਤੇ ਡੀਜ਼ਲ ਦਾ ਭਰਿਆ ਟੈਂਕਰ ਪੈਟਰੋਲ ਪੰਪ ਨੂੰ ਡੀਜ਼ਲ ਸਪਲਾਈ ਕਰਨ ਜਾ ਰਿਹਾ ਸੀ ਕਿ ਅਚਾਨਕ ਹਾਦਸੇ ਦਾ ਸ਼ਿਕਾਰ ਹੋ ਗਿਆ। ਪਰ ਹੱਦ ਉਦੋਂ ਹੋ ਗਈ ਜਦੋਂ ਟੈਂਕਰ 'ਚੋਂ ਤੇਲ ਨਿਕਲਦਾ ਦੇਖ ਲੋਕ ਬਾਲਟੀਆਂ ਤੇ ਡੱਬੇ ਲੈ ਕੇ ਤੇਲ ਲੁੱਟਣ ਪਹੁੰਚ ਗਏ। ਹਾਲਾਂਕਿ ਗਨੀਮਤ ਰਹੀ ਕਿ ਹਾਦਸੇ 'ਚ ਡਰਾਈਵਰ ਬਾਲ ਬਾਲ ਬਚ ਗਿਆ, ਜਿਸ ਵੱਲੋਂ ਤੁਰੰਤ ਮਾਲਕ ਨੂੰ ਸੂਚਿਤ ਕੀਤਾ ਗਿਆ, ਜਿਸ ਮਗਰੋਂ ਟੈਂਕਰ ਨੂੰ JCB ਦੀ ਮਦਦ ਨਾਲ ਸਿੱਧਾ ਕਰਵਾਇਆ ਗਿਆ। ਦੱਸ ਦਈਏ ਕਿ ਕੁਝ ਸਮਾਂ ਪਹਿਲਾਂ ਫਤਿਹਗੜ੍ਹ ਸਾਹਿਬ ਤੋਂ ਵੀ ਅਜਿਹਾ ਇੱਕ ਮਾਮਲਾ ਸਾਹਮਣੇ ਆਇਆ ਸੀ, ਜਦੋਂ ਸੇਬਾਂ ਨਾਲ ਭਰਿਆ ਟਰੱਕ ਇਸੇ ਤਰ੍ਹਾਂ ਹਾਦਸੇ ਦਾ ਸ਼ਿਕਾਰ ਹੋ ਗਿਆ ਸੀ ਤੇ ਉਦੋਂ ਵੀ ਲੋਕ ਚਾਲਕ ਦੀ ਮਦਦ ਕਰਨ ਦੀ ਬਜਾਏ ਸੇਬਾਂ ਦੀਆਂ ਪੇਟੀਆਂ ਲੁੱਟਦੇ ਰਹੇ ਸਨ। ਤਾਂ ਜਦੋਂ ਕਿਸੇ ਐਸੀ ਜਲ
जलंधर के बटन पार्क के वड्डी गैंगवार बदमाश सत्ता घूमण का तेज तार हथियारों के नाल किया गया कतल मकसूदा सब्जी मंडी के साइकिल स्टैंड करता सी कम पैरोल से बाहर आया एक बंदी सिख अमृतसर जेल बंद गुरदीप सिंह खैरा मिली दो महीनों की पैरोल बंब धमाके के दोषी रिहा करने तो कर्नाटक सरकार कर चुकी है इनकार हिंसक प्रदर्शन मामले के चंडीगढ़ पुलिस ने की मुलजमान की पछाण इश्तहार दे के जारी की तस्वीर लोगों तो मुलजमान के बारे मंगी मदद कौमी इंसाफ मोर्चे के धरने का 36वां दिन अज फिर सीएम की रिहायश के वल बधेगा जत्था नवे रूट तो जाने की तैयारी दमदमी टकसाल के आगू बरजिंदर परवाना घर के नजर बंद दोस्त के मोबाइल तो वीडियो बना के लाया इल्जाम कहा पुलिस ने पूरे परिवार के फोन किए जब्त बंदी सिखां दे रिहाई दे लई कटना चाहते सी पैदल मार्च बैबल कलां मोर्चे ने बठिंडा अमृतसर हाईवे की खोली एक साइड मंत्री कुलदीप धालीवाल ने मोर्चे पहुंच के मनाए धरनाकारी हाईवे खोलन ते सीएम ने संगत का किया धन्यवाद अज सिंगापुर तो वापस परतनगे पंजाब के प्रिंसीपल दिल्ली विच ही मुख्यमंत्री भगवंत मान ते केजरीवाल दे नाल होगी मुलाकात सिंगापुर दे विच सिक्ख्या दे आधुनिक तरीकों की लेके आए ने ट्रेनिंग अज अकाली दल ते एसजीपीसी दे मैंबरां दी होगी अहम मीटिंग लुधियाना दे विच दोपहरे 12 बजे रखी गई मीटिंग बंदी सिंघां दी रिहाई ते घट गिणतियां दे मसलियां ते होगी चर्चा जेल तो बाहर आण ते सिमरजीत बैंस दा वड्डा बयान बोले मैनूं राजनीति दा बनाया गया शिकार पुराने साथियों की मेहरबानी दे नाल ही गया सी जेल समराला पुलिस ने दो शूटरां नूं हथियारां सने कीता गिरफ्तार कतल नूं अंजाम देण दी फिराक विच सन दोवें शूटर विदेशों तक जुड़े नेता मोगा विच व्याह समागम दे विच गायक अमृत मान दे अखाड़े दौरान जबरदस्त हंगामा सेल्फी नूं लैके कुछ लोगों दे नाल हुई तकरार शो विचाले ही छड़ के चले गए अमृत मान हरियाणा दे मुख्यमंत्री मनोहर लाल दे जाली डेथ सर्टिफिकेट दे नाल मची तथली शरारती तत्ता ने चोन कमीशन की वैबसाइट से किया अपलोड मामला दर्ज करके शुरू की गई जांच संगरूर के छाजली पिंड दे विच बकरी पिछे हुए कतल मामले दे विच पुलिस का वड्डा एक्शन 24 घंटे के अंदर चार मुलजमान किया काबू कुट कुट के एक शख्स नूं उतारे सी मौत दे घर डेरा बाबा नानक दे विच बदमाशां ने कई राउंड चलाईयां गोलियां घरां दे बाहर खड़ियां कारां दी वी कीती भनतोड़ सीसीटीवी दे विच कैद हुईयां तस्वीरां पटियाला विच 20 घंटिया बाद भी नहीं मिलिया धड़ तो वक होया सिर कल सवेरे जेल रोड ते स्कॉर्पियो ने दरेड़िया सी साइकिल सवार हाले तक मुलजमां दी भी नहीं हुई गिरफ्तारी मोगा विच पिकअप गड्डी ते बाइक ते विचाले जबरदस्त टक्कर बाइक सवार एक शख्स की मौत दूजा शख्स गंभीर जख्मी हादसे की सीसीटीवी आई सामने मार्च के पहले हफ्ते दे विच बुलाया जाएगा पंजाब विधानसभा का बजट इजलास जल्द कैबिनेट की मीटिंग विच लगेगी मोहर रवनीत बिट्टू ने लोकसभा दे विच चुक्या राम रहीम का मुद्दा कहा राम रहीम दे बाहर रहण दे नाल पंजाब का माहौल होगा खराब राम रहीम नूं वार बार पैरोल देने की थान जेल दे विच रखा जाए न्यूज 18 पंजाब हरियाणा विखे दर्शकों का स्वागत है मैं हां गगनदीप चौहान इस बुलेटिन की शुरुआत अहम खबर के नाल एक बड़ी खबर है हिंसक प्रदर्शन नूं लेके जिस मामले दे विच हुण मुलजमां दी पछाण पुलिस ने बकायदा कर ली है और यह पछाण किस तरीके की गई है भी अस तुहानूं दस्सण जा रहे हैं कि किस तरीके पुलिस कार्रवाई करेगी चंडीगढ़ पुलिस ने तस्वीर जारी कर दित्तियां ने जी हाँ इश्तहार दे के तस्वीर बकायदा जारी कीतियां ने इन्हां मुलजमां दीआं लोकां तो मुलजमां दे बारे मदद मंगी गई है बकायदा तस्वीर जारी हुई ने 8 फरवरी नूं चंडीगढ़ बॉर्डर से झड़प हुई सी उस झड़प दौरान कुछ जड़े प्रदर्शनकारी सीगे उन्होंने इसनूं हिंसक बनाया प्रदर्शन और हिंसक प्रदर्शन मामले दे विच मुलजमां दी पछाण जड़ा हैगा हुई है और पछाण करके पुलिस ने हुण बकायदा तस्वीर जारी कीतियां ने चंडीगढ़ पुलिस ने
तस्वीरां जारी कर दित्तियां ने, इश्तिहार जारी किया है, तस्वीरां जारी कीतियां ने और इश्तिहार जारी किया है और लोगों तो मदद मंगी गई है इन लोगों के बारे कि इन्हों बारे दसिया जाए ये लोग कौन ने कितने के ने। जेकर तुसी इन्हां नूं देखा है तो फिर सानू इतला दिओ कौन लोग ने ये, इन्हां दे बारे दसिया जाए। मनोज राठी मेरे सहयोगी इस वेले मेरे नाल जुड़ रहे हैं फोन लाइन से, मनोज दे नाल गल करदे हैं। मनोज, कई सारे क्लिप सामने आए थे, कई सारे वीडियो फुटेज सी, पुलिस ने किस तरीके ये सारा इश्तिहार जिहड़ा है तैयार किया और लोग जिन्हां नूं कोई जानकारी हैगी है इन्हां बारे और जिहड़े जानकारी पुलिस नूं देना चाहते हैं वो जानकारी दे किवें सकदे ने? देखो गगन, इहदे विच जिहड़ा भी बवाल होया सीगा, हालांकि पुलिस ने मामला दर्ज किया सीगा, असीं लगातार कवरेज कर रहे हैं, 307 353 148 149 आर्म्स एक्ट, कई 120 कई धाराओं के तहत मामला दर्ज। हुण पुलिस एक्शन मोड पे है ते जिहड़ा पब्लिक नोटिस कढ़िया उहदे विच कई तस्वीरां भी जिहड़ी हैगी है वह पब्लिश की है, जिहदे विच साफ तौर पर कहा गया है कि इन्हां दी पहचान करन तुसीं साडी मदद करो, जिहदे विच 10,000 रुपए का इनाम भी चंडीगढ़ पुलिस वालों दिता गया जाएगा। तो साफ तौर पर कहा गया, जिहड़े सीनियर अफसर साडी लगातार गलबात हो रही है उन्होंने साफ तौर पर कहना है कि जिहड़े भी जिहड़े तलवारां लैके डंडे लैके ये कौन लोग सीगे जिन्होंने पुलिस पर हमला किया, पुलिस की बैरीकेटिंग नूं ब्रेक करके अंदर वड़न की कोशिश की, 144 चंडीगढ़ च लगी हुई सी, उसके बावजूद पुलिस के जिहड़े सरकारी गड्डियां सीगी, चाहे वह बस होवे, टेयर गैस की गड्डियां होवे, जिहड़ी स्कॉर्पियो होवे, पुलिस की सरकारी जिहड़ी पब्लिक प्रॉपर्टी का जिहड़ा नुकसान होया, सारी वीडियो कैप्चरिंग हुई है, सारी वीडियो क्लिप्स पुलिस कोल भी मौजूद हैगी है, एक और लोग सीगे इन्हां दी जिहड़ी फोटो रिलीज की, आखिर कौन सीगे जिहड़े शरारती अंसर है, क्योंकि कई चीज़ों के पुलिस हुण इन्वेस्टिगेशन कर रही है, कई जिहड़ी हैगी पब्लिक नोटिस के नाल नाल होर भी कई चीज़ों नूं लैके लगातार इन्वेस्टिगेशन कर रही है, क्योंकि मामला सेम डे 36 थाने से मामला दर्ज हो गया सीगा, नाल दे नाल उसी दिन मोहाली पुलिस ने भी मटौर थाने से मामला दर्ज किया सीगा, उहदे विच भी 307 लाई गई है मोहाली पुलिस वालों, लेकिन चंडीगढ़ पुलिस लगातार ये जी फोटो जारी कर रही है, जिहड़े भी जिहड़े लोगों को कहा गया एक मोबाइल नंबर भी दिता गया, एक ईमेल आई डी भी दी गई है, तो कहा गया कि जेकर कोई भी इन्हों बारे जिहड़ा जानकारी देगा उन्होंने जिहड़ी इन्फॉर्मेशन है उन्होंने जिहड़ी कोई भी देगा उन्होंने सीक्रेट जिहड़ी है वो रखी जाएगी। तो कह सकते हैं कि पुलिस एक्शन मोड च हैगी है, पुलिस का साफ तौर पर कहना कि जिदा जिदा साढ़े कोल वीडियो क्लिप्स आ रही हैं, जिदा जिदा सानू पहचान हो रही है उन्होंने कितने के ने कितने किहड़ा पिंड पंजाब का किहड़ा पिंड है, यह सारी चीज़ों लैके एक एक पॉइंट से जोड़ा है चंडीगढ़ पुलिस का साइबर सैल, चंडीगढ़ पुलिस का ऑपरेशन सैल, चंडीगढ़ पुलिस की क्राइम ब्रांच, चंडीगढ़ पुलिस का आई टी सैल, यह सारे ये लगे हुए हैं गगन, क्योंकि उस दिन जिस तरह का बवाल होया, जिस तरह ये सारी चीज़ा हुई, कई पुलिस वाले करीब 2 दर्जन तो भी वध पुलिस के इंजर्ड हुई थे, कई लेडी कॉन्स्टेबल, लेडी ASI जेंट्स, जेडे ASI लेडी जेडे जेंट्स कॉन्स्टेबल ये काफ़ी जेडे है इंजर्ड हुए, हालांकि उनका अजे भी इलाज चल रहा है, पुलिस हालांकि किसी भी तरह का कोई जरा वो नहीं लैन चाहती, क्योंकि सीनियर अफसर की हिदायतों तो बाद सारी जी चीज़ है मामला दर्ज होया, हूँ एक एक करके इन की पहचान जी है वो की जा रही है कि आखिर ये कौन लोग सके, तलवारा डंडे लैके रॉड लैके बड़े उन्होंने हमला किया पुलिस पे, हूँ एक्शन जरा वो जरूर लिता जाएगा जेडे